ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਇੱਕ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਕਹਿੰਦੇ ਹੁਣ ਹਰਿਆਣੇ ਦੇ ਵਿੱਚ ਬਦਲਾ ਆਏਗਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੋਰਨਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਜੀਨ ਦੇ ਵਿੱਚ ਵੱਡਾ ਰੂਟ ਸ਼ੋਅ ਕੱਢਿਆ ਬੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਮੈਂ ਵੀ ਹਰਿਆਣੇ ਫੋਨ ਲਾ ਕੇ ਪੁੱਛਿਆ ਰਿਸ਼ਤੇਦਾਰੀਆਂ ਹੁੰਦੀਆਂ ਨੇ ਪੁੱਛ ਲੈਂਦਾ ਬੰਦਾ ਕਿ ਕੀ ਬਣਿਆ ਤੁਹਾਨੂੰ ਪਿਛਲੀਆਂ ਸਰਕਾਰਾਂ ਨੇ ਕੀ ਭਰੋਸਾ ਦਿੱਤਾ ਅੱਕੇ ਬੈਠੇ ਨੇ ਭਾਜਪੀ ਤੋਂ ਜਜਪੀ ਤੋਂ ਤਾਂ ਖਾਸ ਕਰਕੇ ਕਹਿੰਦੇ ਇਹਨੂੰ ਬੜੀ ਉਮੀਦ ਦੇ ਨਾਲ ਚੁਣਿਆ ਸੀ 10 ਸੀਟਾਂ ਦਿੱਤੀਆਂ ਇਹ ਜਾ ਕੇ ਭਾਜਪੀ ਚ ਰਲ ਗਏ ਤੇ ਰਹੀ ਗੱਲ ਕਾਂਗਰਸ ਦੀ ਉਹਨੂੰ ਤਾਂ ਚਲੋ ਫਿਲਹਾਲ ਦੀ ਘੜੀ ਤੁਹਾਨੂੰ ਕਾਹਦੀ ਇੰਨੀ ਕੀ ਹੈ ਕਿ ਜਿਹੜੀ ਸਰਕਾਰ ਮੌਜੂਦਾ ਹੈ ਉਹਨੇ ਕੀ ਕੀਤਾ ਪਰ ਜਿਹੜੇ ਦਾਅਵੇ ਕੇਜਰੀਵਾਲ ਸਾਹਿਬ ਨੇ ਕੀਤੇ ਨੇ ਮੈਂ ਤੇ ਉਹਨਾਂ ਨੂੰ ਕਿਹਾ ਕਿ ਇੱਕ ਵਾਰੀ ਤੁਸੀਂ ਦਿੱਲੀ ਤੇ ਇੱਧਰ ਪੰਜਾਬ ਦੇ ਵਿੱਚ ਥੋੜਾ ਨੇੜੇ ਪੈਂਦਾ ਇਧਰ ਜਿਹੜਾ ਕੱਢ ਜਿਓ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੰਨਾ ਕੁ ਬਦਲਾਅ ਕਿਸ ਢੰਗ ਦਾ ਚਾਹੀਦਾ ਜਿਹੜੇ ਦਾਅਵੇ ਉਥੋਂ ਪ੍ਰੋਫੈਸਰ ਤੋਂ ਪ੍ਰੋਫੈ ਜਿਹੜੇ ਕੇਜਰੀਵਾਲ ਸਾਹਿਬ ਨੇ ਕੀਤੇ ਨੇ ਉਹਨਾਂ ਦੀ ਹਕੀਕਤ ਜਿਹੜੀ ਆ ਉਹ ਪੰਜਾਬ ਦੇ ਸੰਦਰਭ ਦੇ ਵਿੱਚ ਇਹ ਤਾਂ ਹੈ ਕਿ ਲੋਕਾਂ ਨੂੰ ਬਿਜਲੀ ਦੇ ਬਿੱਲ ਲਾਣੇ ਜਿਸ ਤਰੀਕੇ ਨਾਲ ਬੰਦ ਹੋਏ ਨੇ ਮੇਰੇ ਤੁਹਾਡੇ ਵਰਗਾ ਵੀ ਕਹਿੰਦਾ ਹੈ ਕਿ ਨਹੀਂ ਯਾਰ ਬਿਜਲੀ ਤਾਂ ਘੱਟੋ ਘੱਟ ਬਿੱਲ ਉਹਨਾਂ ਕਿ ਤਾਂ ਲਾ ਦਿਓ ਜਿੰਨਾ ਕਿ ਸਰਕਾਰ ਦੇ ਖਜ਼ਾਨੇ ਜਾਣਾ ਚਾਹੀਦਾ ਫਿਰ ਗੱਲ ਨੂੰ ਦੇਖੋ ਕਿ ਬਦਲਾਅ ਕੀ ਪੰਜਾਬ ਤੇ ਹਰਿਆਣੇ ਦਾ ਵੱਕੋ ਵਕਰ ਢੰਗ ਦਾ ਹੋਏਗਾ ਜਦੋਂ ਮੁੱਦੇ ਬਹੁਤ ਨੇ ਸਾਡੇ ਹਰਿਆਣੇ ਨਾਲ ਦੇਖੋ ਇੱਕ ਨਾ ਨਵਾਂ ਵਿਕਾਸ ਦਾ ਮਾਡਲ ਸ਼ੁਰੂ ਹੋ ਗਿਆ ਸਾਰੇ ਦੇਸ਼ ਦੇ ਵਿੱਚ ਉਹ ਕਾਂਗਰਸ ਵੀ ਫਾਲੋ ਕਰ ਰਹੀ ਹੈ ਬੀਜੇਪੀ ਨਹੀਂ ਕਰ ਪਾਰੀ ਕਿਉਂਕਿ ਬੀਜੇਪੀ ਨੇ ਇੰਟਰਨੈਸ਼ਨਲ ਫਾਈਨਾਂਸਿੰਗ ਏਜੰਸੀਜ਼ ਵਰਲਡ ਬੈਂਕ ਆਈਐਮਐਫ ਜਿਹੜਾ ਮਨਿਟਰੀ ਫੰਡ ਹੈ ਮੁਦਰਾ कोष ਜਿਹਨੂੰ ਕਹਿੰਦੇ ਉਹਨਾਂ ਤੋਂ ਵੱਡਾ ਲੋਨ ਲੈਣਾ ਹੁੰਦਾ ਤੇ ਉਹਨਾਂ ਦੀਆਂ ਕੰਡੀਸ਼ਨਾਂ ਆ ਕਿ ਆ ਜਿਹੜੀਆਂ ਰਿਓੜੀਆਂ ਪ੍ਰਧਾਨ ਮੰਤਰੀ ਕਹਿੰਦੇ ਮੁਫਤ ਦੀਆਂ ਰੋਡੀਆਂ ਵੰਡਣੀਆਂ ਇਹ ਨਹੀਂ ਕਰ ਸਕਦੇ ਇਸ ਕਰਕੇ ਬੀਜੇਪੀ ਦਾ ਤੇ ਹੱਥ ਤੰਗ ਆ ਪਰ ਕਿਉਂਕਿ ਕੇਜਰੀਵਾਲ ਜੇ ਥੱਲਿਓਂ ਉਗ ਰਿਹਾ ਪਨੀਰੀ ਉਗ ਰਹੀ ਹੈ ਇਸ ਲਈ ਇਹਨਾਂ ਤੇ ਉਹੋ ਜਿਹੀ ਕੋਈ ਰੁਕਾਵਟ ਨਹੀਂ ਇਹ ਤੇ ਧੜਾ ਧੜ ਉਹ ਜਿਹੜੀ ਚੀਜ਼ ਵੇਚੀ ਜਾ ਰਹੀ ਹੈ ਜਿਹਨੂੰ ਮੋਦੀ ਜੀ ਰੋਡੀਆਂ ਕਹਿੰਦੇ ਤੁਸੀਂ ਕਰਨਾਟਕਾ ਚ ਵੀ ਦੇਖ ਲਓ ਉੱਥੇ 올ਡ ਪੈਨਸ਼ਨ ਸਕੀਮ 200 ਯੂਨਿਟ ਮੁਫਤ ਬਿਜਲੀ ਹੋਰ ਸਾਰੀਆਂ ਉਹ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਇੱਥੇ ਸੋਚਦੇ ਹਾਂ ਕਿ ਖੈਰ ਜੇ ਤੇ ਸਮਾਜ ਨੂੰ ਤੁਸੀਂ ਵਾਕਿਆ ਹੀ ਪੈਰਾਂ ਪਰਨੇ ਖੜਾ ਕਰਨ ਲਈ ਕੁਝ ਟੈਂਪਰੇਰੀ ਇਹੋ ਜੀ ਰਾਹਤ ਦੇਣੇ ਉਹ ਤੇ ਸਮਝ ਪੈਂਦੀ ਆ ਤੇ ਜੇ ਸਮਾਜ ਨੂੰ ਤੁਸੀਂ ਚੰਗੀ ਸਿੱਖਿਆ ਚੰਗੀ ਸਿਹਤ ਸਵਾਮਾ ਹੋਰ ਉਹਨਾਂ ਦੀਆਂ ਸੋਖ ਸੁਵਿਧਾ ਜੋ ਉਹਨਾਂ ਨੂੰ ਚਾਹੀਦੀਆਂ ਅੱਜ ਦੇ ਜੀਵਨ ਚ ਉਹ ਦੇਣ ਦੀ ਜਗ੍ਹਾ ਨੌਕਰੀ ਦੇਣ ਦੀ ਜਗ੍ਹਾ ਤੁਸੀਂ ਆ ਚਾਟ ਤੇ ਲਾ ਰਹੇ ਜਿਵੇਂ ਮੱਝ ਜਦੋਂ ਦੁੱਧ ਦੇਣੋਂ ਹਟ ਜਾਂਦੀ ਹੈ ਫਿਰ ਪਹਾੜੇ ਤੇ ਲਾ ਦਿੰਦੇ ਫਿਰ ਪਹਾੜਾ ਪਾਉਗੇ ਤੇ ਦੁੱਧ ਦੇਣਾ ਨਹੀਂ ਤੇ ਲੱਤ ਮਾਰਦੀ ਇਹ ਲੋਕਾਂ ਨੂੰ ਹੁਣ ਪਹਾੜੇ ਤੇ ਲਾਉਣਾ ਸ਼ੁਰੂ ਕਰ ਦਿੱਤਾ ਤੇ ਪਹਾੜੇ ਤੇ ਜਦੋਂ ਇੱਕ ਵਾਰੀ ਲੱਗ ਗਏ ਫਿਰ ਤੇ ਚੱਲੇ ਰਹਿਣਗੇ ਸਿਰ ਸੁੱਟ ਕੇ ਫਿਰ ਤੇ ਉਹਨਾਂ ਨੂੰ ਕੋਈ ਇੱਜ਼ਤ ਆਬਰੂ ਦੀ ਗੱਲ ਨਹੀਂ ਹੈ ਇਹ ਜਿਹੜੇ ਬੇਅਣਖੇ ਕਰਨਾ ਲੋਕਾਂ ਨੂੰ ਤੇ ਮੁਫਤ ਖੋਰੇ ਕਰਨਾ ਇਹ ਤੁਹਾਡੀ ਸੋਚ ਤੇ ਤੁਹਾਡੀ ਸਭਿਤਾ ਤੇ ਤੁਹਾਡੇ ਵਿਚਾਰ ਤੇ ਫਲਸਫੇ ਤੇ ਹਮਲਾ ਹੈ ਸਿੱਖੀ ਕੀ ਕਹਿੰਦੀ ਆ ਦਸਾਂ ਨਵਾਂ ਦੀ ਕਿਰਤ ਕਰਕੇ ਖਾਓ ਗੁਰਨਾਨਕ ਦੇਵ ਜੀ ਨੇ ਤੇ ਸਾਨੂੰ ਇਹ ਸਿੱਖਿਆ ਦਿੱਤੀ ਇਹ ਉਹਦੇ ਉਲਟ ਕੰਮ ਦੇਣ ਦੀ ਜਗ੍ਹਾ ਨੌਕਰੀ ਦੇਣ ਦੀ ਜਗ੍ਹਾ ਸੰਭਾਵਨਾਵਾਂ ਪੈਦਾ ਕਰਨ ਦੀ ਜਗ੍ਹਾ ਲੋਕਾਂ ਨੂੰ ਕਹਿੰਦੇ ਤੁਸੀਂ ਬੈਠੇ ਰਹੋ ਅਸੀਂ ਤੁਹਾਡੇ ਘਰੇ ਹੀ ਰਾਸ਼ਨ ਭੇਜ ਦਾਂਗੇ ਪੀਸਾ ਪਸਾਇਆ ਭੇਜਾਂਗੇ ਉਹ ਤਾਂ ਕਣਕ ਦਿੰਦੇ ਸੀਗੇ ਅਸੀਂ ਤਾਂ ਆਟਾ ਦੇਾਂਗੇ ਉਹ ਤੁਹਾਨੂੰ ਛੋਲੇ ਦਿੰਦੇ ਸੀ ਅਸੀਂ ਛੋਲਿਆਂ ਦੀ ਦਾਲ ਦੇਾਂਗੇ ਇਸ ਕਿਸਮ ਦਾ ਤੇ ਬਾਕੀ ਇਲਾਜ ਤੇ ਨਾਲ ਹੈ ਹੀ ਆ ਤੁਸੀਂ ਦੇਖ ਹੀ ਰਹੇ ਆ ਕਿ ਜਿਹੜੇ ਮੱਲਾ ਕਲੀਨਿਕ ਕਿਤਨੇ ਆਮ ਆਦਮੀ ਕਲੀਨਿਕ ਖੋਲ ਦਿੱਤੇ ਆ ਇਹ ਕੋਈ ਬਹੁਤੀ ਦੂਰ ਤੱਕ ਗੱਲਾਂ ਲਜਾਣ ਵਾਲੀਆਂ ਨਹੀਂ ਪਰ ਇਹਦਾ ਨਾ ਟੈਂਪਰੀਰੀ ਅਸਰ ਜ਼ਰੂਰ ਹੋ ਜਾਂਦਾ ਜਿਵੇਂ ਐਨਾ ਸੀਂ ਦਾ ਹੈ ਮਾਰੀ ਤੇ ਤੁਹਾਡੀ ਕੋਈ ਹੋਰ ਹੁੰਦੀ ਆ ਪਰ ਉਦੋਂ ਸਿਰ ਫੱਟੀ ਜਾਂਦਾ ਕੰਮ ਤੇ ਜਾਣਾ ਤੁਸੀਂ ਉਹ ਕਹਿੰਦੇ ਯਾਰ ਕੁਛ ਦੇ ਦੇ ਇੱਕ ਵਾਰੀ ਰਾਹਤ ਮਿਲ ਜੇ ਫਿਰ ਸ਼ਾਮ ਨੂੰ ਆ ਕੇ ਦੇਖਾਂਗੇ ਜੋ ਵੀ ਹੈ ਉਹ ਹਾਲਤ ਸਮਾਜ ਦੇ ਪ੍ਰਤੀ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੀ ਹੈ ਪਿਉਂਤੜਾ ਉਹ ਹੀ ਹੈ ਇੱਕ ਵਾਰ ਇਹਨਾਂ ਦੀ ਸਿਰਦਰਦ ਹਟਾ ਦਿਓ ਫੀਲ ਗੁੱਡ ਫੈਕਟਰ ਹੋ ਜਾਊਗਾ ਜਿਹੜਿਆ ਬੀਜੇਪੀ ਪਹਿਲੀ ਇਲੈਕਸ਼ਨ ਚ ਕਹਿੰਦੇ ਸੀ ਕਿ ਥੋੜੇ ਜਿਆ ਲੋਕਾਂ ਨੂੰ ਲੱਗੇ ਹਾਂ ਸੁਖਾਵਾਂ ਹੈਗਾ ਕੁਛ ਨਾ ਕੁਛ ਤੇ ਹੈ ਹਰਾ ਹਰਾ ਹੈ ਪਰ ਮੇ ਹਰਾ ਰੰਗ ਹੀ ਕੀਤਾ ਹੋਵੇ ਹਰੀਆਲੀ ਨਾ ਹੀ ਹੋਵੇ ਜਾਂ ਹਰਿਆਣ ਕੀ ਲਾ ਦਿਓਗੇ ਉਹਨੂੰ ਸਾਰਾ ਹੀ ਹਰਾ ਹਰਾ ਦਿਖੂਗਾ ਤੇ ਉਸ ਕਿਸਮ ਦਾ ਇਹ ਕੰਮ ਚੱਲ ਰਿਹਾ ਥੋ ਕੁਛ ਦਿਨ ਅਸਾਥ ਰਹੂਗਾ ਪਰ ਫਿਰ ਜੇ ਤੁਸੀਂ ਇੱਕ ਵਾਰੀ ਪਛੜ ਜਾਓਗੇ ਲਿਓ ਉੱਤਰ ਜਾਓਗੇ ਦੁਬਾਰਾ ਲੀ ਤੇ ਪਾਉਣਾ ਬਹੁਤ ਔਖਾ ਹੋਊਗਾ ਇਹ ਚਾਟ ਤੇ ਜਿਹੜਾ ਬੁਲਾ ਰਿਹਾ ਆ ਪਹਾੜੇ ਦੇ ਪਾਰੇ ਬ ਇਨਸਾਨਾਂ ਨੂੰ ਇਹ ਕੋਈ ਚੰਗੀ ਗੱਲ ਨਹੀਂ ਮੇਰਾ ਖਿਆਲ ਪਰ ਲੋਕ ਕਿਉਂਕਿ ਇਹੋ ਜੀ ਹਾਲਤ ਆ ਕਿ ਇੰਨੇ ਟੁੱਟ ਜਾਂਦੇ ਆ ਇੰਨੇ ਦੁਖੀ ਹੋ ਜਾਂਦੇ ਆ ਆਪਣੀਆਂ ਆਰਥਿਕ ਤੰਗੀਆਂ ਤੋਂ ਮੰਦਹਾਲੀਆਂ ਤੋਂ ਉਹਨਾਂ ਨੂੰ ਤਾਂ ਕੁਝ ਵੀ ਦੇ ਦਿਓ ਕਹਿੰਦੇ ਯਾਰ ਦੇ ਦਿਓ ਬਸ ਹੁਣ ਤੇ ਮਰਨ ਕਿਨਾਰੇ ਆ ਕਿੰਨੇ ਲੰਗਰ ਜਗਾ ਜਗਾ ਪੀਜੀਆ ਦੇ ਬਾਹਰ ਚਲੇ ਜਾਓ ਤੁਸੀਂ ਚੰਡੀਗੜ੍ਹ ਜਾ ਕੇ ਦੇਖੋ ਕੁਝ ਗੁਰਦੁਆਰਿਆਂ ਤੋਂ ਆਉਂਦੇ ਆ ਕੁਝ ਐਨਜੀਓ ਲੈ ਕੇ ਆਉਂਦੀਆਂ ਲਾਈਨਾਂ ਥਰਡ ਵੀ ਚੰਗਾ ਨਹੀਂ ਲੱਗਦਾ ਚੰਗੀ ਭਲੇ ਲੋਕਾਂ ਨੂੰ ਅਸੀਂ ਖੜਾ ਕਰ ਦਿੱਤਾ ਕਿ ਉਹ ਇੱਕ ਚੰਗੀ ਸਾਫ਼ ਸੁਥਰੀ ਕੈਂਟੀਨ 'ਚ ਇੱਕ ਖਾਣਾ ਲੈਣ ਤੋਂ ਵੀ ਆਤਰਿਆ ਚੰਗੇ ਭਲੇ ਲੋਕ ਲਾਈਨਾਂ ਲੱਗੀਆਂ ਮਾਰਾ ਮਾਰੀ ਹੋਈ ਹੈ ਕੀ 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 ਸਨੇਹਾ ਦੇਣਾ ਚਾਹੁੰਦੇ ਸਮਾਜ ਸੇਵਾ ਆਪਣੀ ਜਗ੍ਹਾ ਤੇ ਹੈ ਅਦੀ ਕਿਤਾਈ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਜਦ ਤੁਹਾਡਾ ਕੋਈ ਦਿਨ ਤਿਹਾੜ ਹੈ ਕਰੋ ਜਰੂਰ ਕਰੋ ਪਰ ਇਹ ਕੋ ਨੂੰ ਰਵੈਤ ਬਣਾ ਦੇਣਾ ਪੱਕਾ ਹੀ ਕਰ ਦੇਣਾ ਇਹਦਾ ਮਤਲਬ ਹੈ ਇੱਕ ਵੱਡੇ ਸੈਕਸ਼ਨ ਨੂੰ ਅਸੀਂ ਆਤਰ ਕਰ ਰਹੇ ਹਾਂ ਇੱਕ ਸੁੰਦਰ ਤੇ ਇੱਕ ਜਿਹਨੂੰ ਕਹੀਏ ਸਵੈ ਇਬਮਾਨ ਦਾ ਇੱਜ਼ਤਮਾਨ ਦੇ ਜੀਵਨ ਤੋਂ ਉਹਨਾਂ ਨੂੰ ਸਦਾ ਲਈ ਦੂਰ ਕਰ ਰਹੇ ਹਾਂ ਕਿ ਇਹ ਪਾਪ ਆ ਇਹ ਸਮਾਜ ਦੇ ਵਿਰੋਧ ਵਿੱਚ ਜਾਂਦਾ ਇਸ ਲਈ ਜਿਹੜੀ ਭਗਵੰਤ ਮਾਨ ਤੇ ਕੇਜਰੀਵਾਲ ਜੀ ਇਤਨੂ ਚਾਰਟ ਲਾ ਰਿਹਾ ਲਗਾਤਾਰ ਮੁਫਤ 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 ਇੱਕ ਜਿਹੜੇ ਤੇ ਬਿਲਕੁਲ ਨਹੀਂ ਜਿਹੜੇ ਦੋ ਡੰਗ ਨਹੀਂ ਕੱਟ ਸਕਦੇ ਉਹਨਾਂ ਦਾ ਖਰੋ ਉਹਨਾਂ ਚ ਕਈ ਔਰਤਾਂ ਹੋਣਗੇ ਕਈ ਗਰੀਬ ਲੋਕ ਹੋਣਗੇ ਕਈ ਜਿਹੜੇ ਸਰੀਰਕ ਤੌਰ ਤੇ ਅਪਾਹਜ ਹੋ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਫਿਜ਼ੀਕਲੀ ਚੈਲੰਜਡ ਕਹਿੰਦੇ ਆ ਉਹਨਾਂ ਦੇ ਹੋਣਗੇ ਹੋਰ ਕਈ ਬਹੁਤ ਬਜ਼ੁਰਗ ਹੋਣਗੇ ਕਈ ਆਰਫਨ ਹੋਣਗੇ ਜ਼ਰੂਰ ਕਰੋ ਸੇਟੀਟਲਾ ਕਰਨਾ ਫਰਜ਼ ਬਣਦਾ ਕਿਉਂਕਿ ਉਹਨਾਂ ਦਾ ਕੋਈ ਹੋਰ ਸਾਧਨ ਨਹੀਂ ਪਰ ਚੰਗੇ ਭਲੇ ਲੋਕਾਂ ਨੂੰ ਤੁਸੀਂ ਮੁਫਤ ਖੋਰੇ ਬਣਾਉਗੇ ਤਾਂ ਉਹ ਇੱਕ ਖਤਰਨਾਕ ਟ੍ਰੈਂਡ ਆ ਕੋਈ ਬਹੁਤ ਸਿਹਤਮੰਦ ਸੋਚ ਦਾ ਹਿੱਸਾ ਨਹੀਂ ਪਰ ਇਹਦੇ ਨਾਲ ਇਹ ਵੀ ਹੈ ਨਾ ਇਹ ਕਹਿੰਦੇ ਕਿ ਅਸੀਂ ਜਿਵੇਂ ਹੁਣ ਮੁਫਤ ਵਸਦਾ ਕਿਰਾਇਆ ਬੀਬੀਆਂ ਦਾ ਉਹ ਚਲੋ ਪਿਛਲੀ ਸਰਕਾਰ ਕਰ ਗਈ ਸੀ ਇਹਨਾਂ ਦਾ ਗੱਲ ਚ ਹੱਡੀ ਵਾਲਾ ਕੰਮ ਹੋ ਗਿਆ ਕਿ ਕਰਨਾ ਹੀ ਪੈਣਾ ਸੀਗਾ ਤੇ ਨਾਲ ਨਾਲ ਆ ਬਿਜਲੀ ਵੀ ਮੁਫਤ ਹੋ ਗਈ ਹੋਰ ਵੀ ਸਹੂਲਤਾਂ ਜਿਹਦੇ ਵਿੱਚ ਮੁਫਤ ਦਾ ਨਾਮ ਆਉਂਦਾ ਆ ਤਾਂ ਫਿਰ ਇਹਦੇ ਵਿੱਚ ਇਹ ਵੀ ਆ ਕਿ ਇਹ ਕਹਿੰਦੇ ਕਿ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਰਾਜਸਥਾਨ ਵਾਲਿਆਂ ਨੇ 500 ਸਿਲੰਡਰ ਕਰਤਾ ਹੁਣ ਪੰਜਾਬ ਵਾਲਿਆਂ ਨੇ ਵੀ ਇਤੋਂ ਮੰਗ ਚੁੱਕ ਦੇਣੀ ਹੈ ਕਿ ਜੀ ਕਰੋ 500 ਸਿਲੰਡਰ ਤੇ ਫਿਰ ਉਹ ਪੈਸਾ ਕੀ ਇਹ ਵਾਕਈ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਤੇ ਵਿਚਾਰਿਆ ਇਹ ਵੀ ਤਾਂ ਆਪਣੇ ਆਪ ਸਵਾਲ ਹੈ ਨਾ ਲੋਕ ਵੀ ਤਾਂ ਪੁੱਛਦੇ ਹੋਣੇ ਕਿ ਇਦਾਂ ਸਖਿੰਦੇਰੇ ਮੈਂ ਨਾ ਇੱਕ ਆਧਾਰਨ ਚਾਈਨੀਜ਼ ਆਧਾਰਨ ਆ ਮੈਂ ਬੜੀ ਵਾਰੀ ਦਿੱਤੀ ਹੈ ਮੈਂ ਫੇਰ ਤੁਹਾਨੂੰ ਇੱਥੇ ਚੇਤੇ ਕਰਾਉਣਾ ਲੋਕਾਂ ਦੇ ਪੈਸੇ ਚੋ ਜੇ ਲੋਕ ਕਹਿਣ ਕਿ ਸਾਡਾ ਮੁਰਗਾ ਖਾਣ ਨੂੰ ਜੀ ਕਰਦਾ ਸਾਰਿਆਂ ਨੂੰ ਮੁਰਗਾ ਵੰਡ ਦਿਓ ਉਹ ਨਾਲ ਕਹਿਣ ਕਿ ਕੁਝ ਵੀ ਨੂੰ ਵੀ ਜੀ ਕਰਦਾ ਉਹ ਵੀ ਵੰਡ ਦਿਓ ਠੀਕ ਹੈ ਫੇਰ ਉਹ ਇਹ ਲੱਤ ਲੱਗ ਜੂਗੀ ਪੈਸਾ ਉਹਨਾਂ ਦਾ ਹੀ ਹੈ ਕਿੰਨਾ ਕੁ ਲਿਆ ਕੇ ਦੇਈ ਜਾਓਗੇ ਪਰ ਜੇ ਉਹਨਾਂ ਨੂੰ ਤੁਸੀਂ ਇਹ ਸਿਖਾਓ ਕਿ ਭਾਈ ਪੁਲਟਰੀ ਫਾਰਮ ਕਿਵੇਂ ਰੱਖਣਾ ਘਰ ਚ ਪੁਲਟਰੀ ਕਿਵੇਂ ਰੱਖਣੀ ਹੈ ਜਾਂ ਤੁਸੀਂ ਥੋੜੇ ਥੋੜੇ 5 5 7 7 ਮੁਰਗੀਆਂ ਘਰ ਚ ਰਾਮਨਾਮ ਬਿਨਾ ਕੁਝ ਗੰਦ ਪਾਇਆ ਕਿਵੇਂ ਰੱਖੀਆਂ ਜਾ ਸਕਦੀਆਂ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਉਹ ਚੰਗਾ ਜੀਵਨ ਜੀਣਗੇ ਪਹਿਲਾਂ ਵੀ ਪਿੰਡੋਂ ਪਿੰਡੀ ਕਰਦੇ ਸੀ ਮੈਂ ਪਿੰਡਾਂ ਚ ਪੜਿਆ ਸਾਡੀ ਮੇਰੀ ਨਾਨੀ ਜਿੱਥੇ ਮੈਂ ਪਲਿਆ ਉੱਥੇ ਅਸੀਂ 5-7 ਮੁਰਗੀਆਂ ਰੱਖੀਆਂ ਸੀ ਕਦੀ ਛੱਪੜ ਦਾ ਕਿਨਾਰਾ ਸੀ ਬਤਕਾਂ ਵੀ ਰੱਖ ਲੈਿੰਦੇ ਸੀ ਆਂਡੇ ਵੀ ਹੁੰਦੇ ਸੀ ਮੁਰਗੇ ਨੂੰ ਵੱਢ ਕੇ ਖਾਣ ਵੀ ਲੈਂਦੇ ਪਿੰਡਾਂ 'ਚ ਕੋਈ ਬਹੁਤੀ ਹੁਣ ਮੈਨੂੰ ਤੇ ਨਹੀਂ ਸੀ ਚੰਗਾ ਲੱਗਦਾ ਪਰ ਉਹ ਕਰਦੇ ਸੀ ਬੱਕਰੀ ਰੱਖਦੇ ਸੀ ਬੱਕਰੀ ਦਾ ਦੁੱਧ ਵੀ ਪੀਂਦੇ ਸੀ ਕਠੋਰਾ ਹੋਏ ਦੇ ਵਿਆਹ ਦੇ ਵਿੱਚ ਵੱਢ ਕੇ ਮੀਟ ਵੀ ਖਵਾ ਦਿੰਦੇ ਸੀ ਸਮਝੇ ਇਹ ਤੇ ਹੋ ਗਿਆ ਨਾ ਇੱਕ ਰੋਜ਼ਗਾਰ ਲੋਕਾਂ ਨੂੰ ਸਸ਼ਕਤ ਕਰਨ ਦਾ ਮਿਹਨਤ ਕਰਕੇ ਖਾਣ ਦਾ ਪੀ ਲੋਕਾਂ ਦਾ ਪੈਸਾ ਉਹਨਾਂ ਨੂੰ ਠੀਕ ਹੈ ਲੋਕਾਂ ਦਾ ਪੈਸਾ ਲੋਕਾਂ ਨੂੰ ਤੇ ਉਹਨਾਂ ਨੂੰ ਮੁਫਤ ਘਰੇ ਥੋੜੀ ਬਣਾਉਗੇ ਤੁਸੀਂ ਉਹਨਾਂ ਨੂੰ ਉਸ ਪੈਸੇ ਦੇ ਵਿੱਚ ਰੁਜ਼ਗਾਰ ਦਿਓ ਕੰਮ ਉਹਦੇ ਨਾਲ ਕੀ ਹੋਊਗਾ ਕਿ ਉਹ ਤਾਂ ਬਾਰ-ਬਾਰ ਤੁਹਾਡੇ ਹੱਥਾਂ ਵੱਲ ਨਹੀਂ ਦੇਖਣਗੇ ਅਪਾਹਜ ਤੇ ਨਿਰਭਰ ਨਹੀਂ ਮਹਿਸੂਸ ਕਰਨਗੇ ਕਿ ਅਸੀਂ ਅਸੀਂ ਕੁਝ ਕਰੇ ਨਹੀਂ ਸਕਦੇ ਯਾਰ ਸੋ ਦੇਖ ਹੁਣ ਅਸੀਂ ਤੇ ਸਾਡੇ ਕੋਲੋਂ ਤੇ ਨਹੀਂ ਕੁਝ ਕੀਤਾ ਜਾਂਦਾ ਸਾਨੂੰ ਦਿਓ ਸਾਨੂੰ ਰਾਸ਼ਨ ਦਿਓ ਰਾਸ਼ਨ ਖਰਾਬ ਆ ਗਿਆ ਸੁਜ਼ਰੀ ਲੱਗੀ ਆ ਐਤ ਕੀ ਮਿਲਿਆ ਨਹੀਂ ਬਿਠੇ ਆ ਭੁੱਖ ਮਾਰੇ ਇਹ ਕਿਹੜੇ ਕੰਮ ਆ ਕੁਝ ਲੋਕਾਂ ਨੂੰ ਖੇਤ ਦਿਓ ਅਨਾਜ ਪੈਦਾ ਕਰਨ ਨਾਲੇ ਦੇਸ਼ ਨੂੰ ਦੇਣ ਨਾਲੇ ਹੋਰ ਨਾ ਜਗ੍ਹਾ ਤੇ ਕਰਨ ਨਾਲੇ ਆਪਣਾ ਢਿੱਡ ਪਾਲਣ ਨਾਲੇ ਗਵਾਂਢੀਆਂ ਦਾ ਪਾਲੋ ਇਸ ਸੋਚ ਤੇ ਚੱਲਣਾ ਚਾਹੀਦਾ ਜਿਹੜੀ ਸਿੱਖੀ ਦੀ ਸੋਚ ਆ ਗੁਰੂ ਨਾਨਕ ਦੇਵ ਜੀ ਦੀ ਸੋਚ ਆ ਸਾਰੇ ਚੰਗੇ ਸਮਾਜ ਦੀ ਇਹੋ ਸੋਚ ਹੋਣੀ ਚਾਹੀਦੀ ਲੋਕਾਂ ਦਾ ਪੈਸਾ ਉਹ ਇਸ ਤਰੀਕੇ ਨਾਲ ਵਰਤੋ ਕਿ ਉਹ ਮਲਟੀਪਲਾਇਰ ਇਫੈਕਟ ਹੋਵੇ ਉਹ ਪੈਸਾ ਧੰ ਦੌਲਤ ਲੋਕਾਂ ਦੇ ਹੱਥਾਂ 'ਚ ਜਾਣ ਤੋਂ ਬਾਅਦ 2 ਤੋਂ 4 4 ਤੋਂ 8 8 ਤੋਂ 16 16 ਤੋਂ 32 ਇਸ ਤਰੀਕੇ ਨਾਲ ਵਧੇ। ਨਾ ਕਿ ਜੇ ਤੁਹਾਨੂੰ 2 ਰੁਪਏ ਮਿਲ ਗਏ ਤੁਸੀਂ ਦੋ ਹੀ ਜਾ ਕੇ ਮੁਰਮਰਾ ਖਾ ਲਿਆ ਫਿਰ ਦੋ 2 ਰੁਪਏ ਹੋਰ ਮੰਗਣ ਚੱਲੇ ਕਿ ਚੱਲ ਪਏ। ਉਹ ਤਰੀਕਾ ਠੀਕ ਨਹੀਂ ਹੈ ਮਹਿਤਵਯੁਕਨ ਤੁਹਾਨੂੰ ਕਿਸੇ ਨੇ ਇੱਕ ਕੁਇੰਟਲ ਜਾਂ ਕਹਿ ਲਓ ਕਿ ਇੱਕ ਕੁਇੰਟਲ ਬੋਰੀ ਦਿੱਤੀ ਬਹੁਤ ਵਧੀਆ ਬੀਚ ਦੀ। ਕਣਕ ਕਹਿ ਲਓ ਜਾਂ ਮੱਕੀ ਕਹਿ ਲਓ ਮੱਕੀ ਕਹਿ ਲੀਨਿਏ। ਤੁਸੀਂ ਉਹਨੂੰ ਪਨਾ ਕੇ ਖਾ ਲਿਆ। ਭਈ ਬੜੇ ਸੋਹਣੇ ਚੈਤ ਕਿਤੇ ਵੀ ਕੋਈ ਆ ਭੁੰਨ ਭੁੰਨ ਕੇ ਪੱਠੀ ਤੇ ਲਿਜਾ ਕੇ ਖਾ ਲਿਆ ਤੇ ਕੁਛ ਦੂ ਤੁਸੀਂ ਆ ਜਿਹੜੇ ਥੇਰੀ ਵਾਲੇ ਨੂੰ ਦਾਣੇ ਦੇ ਕੇ ਤੇ ਅੰਬ ਲੈ ਲੈ। ਤੇ ਉਹ ਤੇ ਗੱਲ ਖਤਮ ਹੋ ਗਈ ਤੁਹਾਡੀ ਠੀਕ ਹੈ ਅੱਗੇ ਇੰਜ ਹੀ ਕਰਦੇ ਪੈਸਾ ਨਹੀਂ ਸੀ ਹੁੰਦਾ ਦਾਣੇ ਦੇ ਦਿੰਦੇ ਸੀ। ਉਹਦੇ ਤੇ ਉਹ ਦੂਜਾ ਲੈ ਲੈਂਦੇ। ਹੁਣ ਉਹ ਤੇ ਕੰਮ ਤੇ ਖਤਮ ਹੋ ਗਿਆ ਤੁਹਾਡਾ ਉੱਥੇ ਹੀ ਖਤਮ ਹੋ ਗਿਆ। ਜੇ ਤੁਸੀਂ ਉਹ ਚੰਗਾ ਬੀਜ ਜਿਹੜਾ ਤੁਹਾਨੂੰ ਕੋਈ ਸਿਆਣਾ ਬੰਦਾ ਦੇ ਗਿਆ ਸੀ ਖੇਤ 'ਚ ਆਇਆ ਹੁੰਦਾ ਮਿਹਨਤ ਕੀਤੀ ਹੁੰਦੀ ਉਹ ਇੱਕ ਬੋਰੀ ਦੀਆਂ 20 ਬੋਰੀਆਂ ਹੋ ਜਾਣੀਆਂ ਸੀ 15 ਤੇ ਹੋਈ ਜਾਣੀਆਂ ਸੀ 15 ਚੋਂ ਤੁਸੀਂ ਦੋ ਬੋਰੀਆਂ ਖਾ ਵੀ ਲੈਂਦੇ 13 ਫੇਰ ਬਚਣੀਆਂ ਸੀ 13 ਚੋਂ ਤਿੰਨ ਗਵਾਂਡੀਆਂ ਨੂੰ ਦਿੰਦੇ 10 ਕਰ ਲਈ ਰੱਖਦੇ ਮੇਰੀ ਸਮਝ ਗਏ ਪੈਸਾ ਤੁਹਾਡਾ ਹੀ ਆ ਬੋਰੀ ਤੁਹਾਡੀ ਹੈ ਉਹ ਬੀਜ ਨੂੰ ਖਾ ਜਾਣਾ ਜਾਂ ਬੀਜ ਨੂੰ ਬੀਜ ਕੇ ਵਧਾ ਕੇ ਤੇ ਫੇਰ ਇਸਤੇਮਾਲ ਕਰਨਾ ਇਹ ਅਕਲਮੰਦੀ ਚਾਹੀਦੀ ਫਸਰਕ ਜ਼ਿੰਦਗੀ ਦੇ ਵਿੱਚ ਸੋਚਣ ਦਾ ਇੰਨਾ ਹੀ हां बिल्कुल ये भी है कि जे ਸਾਡੇ ਲੋਕ ਕਹਿੰਦੇ ਨੇ ਕਿ ਜੀ ਅਸੀਂ ਬਾਹਰਲਾ ਸਿਸਟਮ ਦੇਖਿਆ ਉਹੋ ਜਿਹਾ ਇੱਥੇ ਬਣ ਜੇ ਸ਼ਬਦਵਾਕ ਤਾਂ ਬੜੇ ਦਿਖਾਏ ਕਿ ਤੁਹਾਨੂੰ ਪੰਜਾਬ ਨੂੰ ਖਲਾਣਾ ਮੁਲਕ ਬਣਾ ਦੇਾਂਗੇ ਤੇ ਪੈਰਸ ਬਣਾ ਦੇਾਂਗੇ ਪਰ ਸਾਡੇ ਲੋਕਾਂ ਨੂੰ ਵੀ ਥੋੜਾ ਜਿਆ ਸਮਝਣਾ ਚਾਹੀਦਾ ਹੈ ਕਿ ਅਸੀਂ ਜਦੋਂ ਵਿਦੇਸ਼ ਜਾ ਜਾਂਦੇ ਹਾਂ ਹਰ ਚੀਜ਼ ਸਾਡੀ ਜਿਹੜੀ ਹੈ ਉਹ ਅਸੀਂ ਲੋਨ ਦੇ ਉੱਤੇ ਝੁਕ ਲੈਨੇ ਆਂ ਫਿਰ ਸਰਕਾਰ ਨੂੰ ਕੁਸਤਾ ਪਰੀ ਜਾਓ ਉੱਚ ਫਿਰ ਤੁਹਾਡਾ ਇਨਕਮ ਟੈਕ ਸਾਰਾ ਕੁਝ ਜਾਂਦਾ ਉੱਤੇ ਜਿਹੜੇ ਬੈਠੇ ਨੇ ਉਹ ਵੀ ਪ੍ਰੋਫੈਸਰ ਸਭ ਕਿਉਂਕਿ ਗੱਲ ਇੱਥੇ ਵੀ ਇਮਾਨਦਾਰੀ ਦੀ ਤੁਰਦੀ ਹੈ ਉਹ ਬੇਹਤ ਇਮਾਨਦਾਰ ਨੇ ਇੱਕ ਹੁੰਦਾ ਨਾ ਜਿਵੇਂ ਕੱਟੜ ਇਮਾਨਦਾਰ ਮਾਸਦਰ ਬੇਹਤ ਇਮਾਨਦਾਰ ਉਹਦਾ ਕਿ ਮਾੜਾ ਜਾਂ ਵੀ ਕੋਈ ਉਂਗਲ ਚੁੱਕਤੀ ਕਿਸੇ ਨੇ ਕਿ ਜੀ ਇਹ ਤੁਹਾਡੇ ਕੈਰੈਕਟਰ ਤੇ ਸਵਾਲ ਆ ਉਸੇ ਵੇਲੇ ਅਸਤੀਫਾ ਮਾੜਾ ਜਾਂ ਕੋਈ ਇਹੋ ਜਿਹਾ ਕੋਈ ਘਟਨਾ ਕਰਮ ਵਾਪਰ ਗਿਆ ਜੀ ਚੋਂ ਜਵਾਬਦੇਹੀ ਤਾਂ ਹੁੰਦੀ ਹੈ ਉਸੇ ਵੇਲੇ ਅਸਤੀਫਾ ਤੇ ਇਹ ਤਵਕੋ ਇਥੋਂ ਵੀ ਕੀਤੀ ਜਾਂਦੀ ਹੈ ਕਿ ਜੀ ਜੇ ਅਸੀਂ ਬਾਹਰੋਂ ਵਾਪਸ ਵੀ ਆ ਜਿਵੇਂ ਕਹਿੰਦੇ ਰਿਵਰਸ ਮਾਈਗ੍ਰੇਸ਼ਨ ਅੰਗਰੇਜ਼ ਇੱਥੇ ਆ ਜਾਣ ਘੱਟੋ ਘੱਟ ਆਪਣੇ ਵਾਲੇ ਪੰਜਾਬੀ ਤਾਂ ਆ ਹੀ ਜਾਣਗੇ ਜੇ ਤੁਸੀਂ ਉਹਨਾਂ ਨੂੰ ਉਹੋ ਜਿਹਾ ਪ੍ਰਬੰਧ ਦਿਓ ਬੇਹਤ ਇਮਾਨਦਾਰੀ ਵਾਲਾ ਚੱਕੋ ਅਸਤੀਫ ਪਰ ਜੇ ਉਹ ਨਵੇਂ ਬੰਦੇ ਆ ਗਏ ਨਵਿਆਂ ਨੂੰ ਲੋਕਾਂ ਨੇ ਚੁਣ ਲਿਆ ਤੇ ਕੀ ਬੇਹਤ ਇਮਾਨਦਾਰੀ ਝਲਕਦੀ ਹੈ ਜਾਂ ਫਿਰ ਉਹ ਵੀ ਇੱਕ ਉਸੇ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ ਮੁੜ ਕੇ ਫਿਰ ਕਿਹੜਾ ਜਵਾਬਦੇਹੀ ਤੈਅ ਕਰੇ ਸੁਖਵਿੰਦਰ ਜਿਹੋ ਜਿਹਾ ਬੀਜੂਗੇ ਉਹੋ ਜਿਹਾ ਕੱਟੂਗੇ ਜੇ ਬੀਜੀਆਂ ਹੀ ਕਿਕਰਾਂ ਆਂ ਤੇ ਤੁਹਾਨੂੰ ਅੰਬ ਕਿੱਥੋਂ ਮਿਲ ਜਾਣਗੇ ਇਹ ਹੀ ਦਿੱਕਤ ਹੈ ਜੀ ਆ ਜੇ ਆਪਾਂ ਗਧੇ ਨੂੰ ਵੋਟ ਪਾ ਕੇ ਇਸ ਕੁਰਸੀ ਤੇ ਬਿਠਾਵਾਂਗੇ ਉਹਦੇ ਕੋ ਕੋੜੇ ਵਾਲਾ ਕੰਮ ਨਹੀਂ ਲੈ ਸਕਦੇ ਉਹ ਤਾਂ ਕੰਮ ਤੇ ਉਹ ਜਿਹਾ ਹੀ ਹੋਊਗਾ ਪਰ ਮੈਂ ਲੋਕਾਂ ਦਾ ਕਸੂਰ ਨਹੀਂ ਮੰਨਦਾ ਸਾਨੂੰ ਸਿਸਟਮ ਨੂੰ ਸੁਧਾਰਨ ਦੀ ਲੋੜ ਹੈਗੀ ਹੈ ਕਿ ਉਹ ਬੰਦੇ ਅੱਗੇ ਆਉਣ ਜਿਹੜੇ ਵਾਕਿਆ ਹੀ ਕੰਮ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਲੋਕਾਂ ਦਾ ਸਤਿਕਾਰ ਅਦਬ ਪਿਆਰ ਹੈਗਾ ਆ ਤੇ ਉਹਨਾਂ ਬੰਦਿਆਂ ਦੇ ਵਿੱਚ ਕੰਮ ਕਰਨ ਦੀ ਕੁਝ ਇੱਛਾ ਸ਼ਕਤੀ ਵੀ ਹੈ ਇੱਕ ਕਪੈਸਿਟੀ ਵੀ ਹੈ ਉਹਨਾਂ ਦੀ ਕੰਮ ਕਰਨ ਦੀ ਉਹ ਵੀ ਨਾਲ ਹੋਵੇ ਇਹ ਕੱਲੀ ਇੱਛਾ ਨਾਲ ਨਹੀਂ ਆ ਕੰਮ ਕਰਨਾ ਆਉਂਦਾ ਵੀ ਹੋਵੇ ਹੁਣ ਇਹ ਸਾਰੀਆਂ ਚੀਜ਼ਾਂ ਬੜਾ ਮੁਸ਼ਕਲ ਹੋ ਗਈ ਆ ਇਹ ਤੇ ਬੜੀ ਰੀਅਰ ਗੱਲ ਹੋ ਗਈ ਆ ਜਦੋਂ ਤੁਸੀਂ ਚੋਣਾਂ 'ਚ ਬੰਦੇ ਨੂੰ ਖੜਾ ਕਰਦੇ ਆ ਘੱਟੋ ਘੱਟ ਇੰਡੀਆ 'ਚ ਕੀ ਦੇਖਦੇ ਆ ਸਭ ਤੋਂ ਪਹਿਲਾਂ ਇਹਦਾ ਧਰਮ ਕੀ ਆ ਦੂਜਾ ਦੇਖਦੇ ਆ ਇਹਦੀ ਜਾਤ ਕੀ ਆ ਕਿਉਂਕਿ ਉਸ ਏਰੀਏ 'ਚ ਇਹ ਦੇਖਣਾ ਹੁੰਦਾ ਕਿ ਇਹਦੀ ਜਾਤ ਦੇ ਲੋਕ ਕਿੰਨੇ ਆ ਵੋਟਰ ਕਿੰਨੇ ਆ ਕਿਉਂਕਿ ਇੰਜ ਸਮਝਿਆ ਜਾਂਦਾ ਕਿ ਇਹਦੀ ਜਾਤ ਦੇ ਇਹਨੂੰ ਵੋਟ ਪਾਉਣਗੇ ਹੁਣ ਜੇ ਇਹ ਹੀ ਚੀਜ਼ਾਂ ਆ ਫਿਰ ਤੁਸੀਂ ਇਹ ਦੇਖਦੇ ਆ ਕਿ ਇਹਦੇ ਕੋਲ ਦੋ ਨੰਬਰੀ ਪੈਸਾ ਕਿੰਨਾ ਕਿਉਂਕਿ ਖਰਚਾ ਕਿੰਨਾ ਕਰੂਗਾ ਨਹੀਂ ਦੇਖ ਕੇ ਫੇਲ ਹੋ ਜਾਊਗਾ ਉਹਦੇ ਨਾਲ ਹੋਰ ਮਢੀਰ ਮਤ ਕਿੰਨੀ ਹੈਗੀ ਆ ਫਿਰ ਅੱਜ ਕੱਲ ਮੈਨੂੰ ਤੇ ਇੰਜ ਲੱਗਦਾ ਕਿ ਇੱਕ ਹੋਰ ਬੜੀ ਜ਼ਰੂਰੀ ਕੁਆਲੀਫਿਕੇਸ਼ਨ ਹੈ ਕਿ ਕੀ ਕਦੀ ਇਸਨੇ ਕੋਈ ਗੁੰਡਾਗਰਦੀ ਮਰਡਰ ਚਪੇੜ ਮਾਰੀ ਦੂਜਿਆਂ ਤੇ ਜ਼ਮੀਨਾਂ ਤੇ ਕਬਜ਼ੇ ਕੀਤੇ ਕਦੀ ਜੇਲ੍ਹ ਗਿਆ ਇਹਦੇ ਤੇ ਕੋਈ ਇਧਰ ਉਧਰ ਤੇ ਕੁਛ ਕੇਸ ਬਣੇ ਆ ਕਿ ਨਹੀਂ ਬਣੇ ਜੇ ਇਹ ਨਹੀਂ ਹੈ ਤੇ ਫਿਰ ਇਹਦਾ ਮਤਲਬ ਇਹ ਤੇ ਸ਼ਰੀਫ ਆ ਸ਼ਰੀਪਾ ਤੇ ਇਹ ਕੋਈ ਵੀ ਪਾਰਟੀ ਉਹਨੂੰ ਬਹੁਤਾ ਪਸੰਦ ਨਹੀਂ ਕਰੂਗੀ ਮੰਨ ਲਓ ਇਹੋ ਜਿਹਾ ਬੰਦਾ ਪਾਰਟੀ 'ਚ ਸੁਖਵਿੰਦਰ ਸੁਣ ਰਹੇ ਆ ਮੰਨ ਲਓ ਹਾਂ ਮੰਨ ਲਓ ਇਹੋ ਜਿਹਾ ਬੰਦਾ ਚਲੇ ਜਾਂਦਾ ਆ ਪਾਰਟੀ 'ਚ ਚਲੇ ਵੀ ਜਾਂਦਾ ਜਾਂਦੇ ਪਾਰਟੀ ਵਾਲੇ ਤਾਂਗੋਗੇ ਉਹਨੂੰ ਕੱਢ ਦਿੰਦੇ ਆ ਜਾਂ ਉਹ ਆਪ ਹੀ ਪਰਾਂ ਹੋ ਜਾਂਦਾ ਵੀ ਭਰਾਵਾ ਇਹ ਮੇਰਾ ਕੰਮ ਨਹੀਂ ਹੈ ਕਿਉਂਕਿ ਉੱਥੇ ਵੱਡੀ ਪੱਧਰ ਤੇ ਮжоਰੀਟੀ 90 95% ਪਹਿਲਾਂ ਹੀ ਉਹਨਾਂ ਬਗਿਆੜਾਂ ਦੀ ਹੈ ਜਿੱਥੇ ਬੱਕਰੀ ਦਾ ਜਾਂ ਛੋਟੇ ਜਿਹੇ ਲੇਲੇ ਦਾ ਕੋਈ ਕੰਮ ਨਹੀਂ ਆ ਉਹ ਤੇ 24 ਘੰਟੇ ਸਹਿਮਿਆ ਰਹੂਗਾ ਇਸ ਕਿਸਮ ਤੇ ਸਾਡਾ ਮਾਹੌਲ ਬਣਿਆ ਵੱਡਾ ਵੱਡੀ ਸੋਚ ਲੋਕਾਂ ਚ ਨਵੀਂ ਸੋਚ ਨਵੀਂ ਰਾਜਨੀਤਿਕ ਚੇਤਨਾ ਪੈਦਾ ਕਰਨ ਦੀ ਲੋੜ ਆ ਹੋ ਰਹੀ ਹੈ ਤਰਾਕਲ ਤੋਂ ਹੌਲੀ ਹੌਲੀ ਅੱਗੇ ਨਾਲ ਲੋਕ ਬਹੁਤ ਸਿਆਣੇ ਹੋ ਰਿਹਾ ਪਹਿਲਾਂ ਪਾਰਟੀਆਂ ਸਿਆਣੀਆਂ ਸੀ ਕੇ ਲੋਕ ਪਰਵਾਹ ਨਹੀਂ ਸੀ ਕਰਦੇ ਲੋਕ ਲੋਕ ਪਾਰਟੀਆਂ ਤੇ ਭਰੋਸਾ ਕਰਦੇ ਸੀ ਤੇ ਪਾਰਟੀਆਂ ਵੀ ਇੱਕ ਵਿਚਾਰ ਨਾਲ ਚੱਲਦੀਆਂ ਸੀ ਸੋਚ ਨਾਲ ਚੱਲਦੀਆਂ ਸੀ ਕੁਝ ਉਹਨਾਂ ਦੇ ਮਤਲਬ ਤੁਸੀਂ ਕਹਿ ਲੋ ਕਿ ਨੈਤਿਕਤਾ ਦੀ ਧਰਤੀ ਨਾਲ ਜੁੜੇ ਸੀ ਹੁਣ ਉਹ ਤੇ ਗੱਲ ਨਹੀਂ ਹੁਣ ਤੂੰ ਕੌਣ ਮੈਂ ਕੌਣ ਠੱਗੀ ਮਾਰੋ ਠੋਰੀ ਮਾਰੋ ਝੂਠ ਬੋਲੋ ਇਹ ਕਿੰਨੀ ਦੇਰ ਚੱਲੂਗਾ ਇੱਕ ਵਾਰੀ ਚੱਲੂ ਦੋ ਵਾਰੀ ਚੱਲੂ ਤਿੰਨ ਵਾਰੀ ਚੱਲੂ ਲੋਕ ਫੇਰ ਆਕ ਕੇ ਕਹਿਣਗੇ ਪਹਿਲਾਂ ਤੇ ਆਹ ਜਿਹੜੇ ਗੱਪਾਂ ਮਾਰਦੇ ਆ ਨਾ ਆਹ ਦੇ ਦਾਂਗੇ ਆਹ ਦੇ ਦਾਂਗੇ ਪਹਿਲਾਂ ਇਹਨਾਂ ਦਾ ਭਾਂਡਾ ਫੋੜੋ ਬਾਕੀ ਬਾਅਦ ਚ ਦੇਖਾਂਗੇ ਇਸ ਕਰਕੇ ਇਹ ਜਿਹੜਾ ਚੱਲ ਪਿਆ ਆ ਕੰਮ ਨਵਾਂ ਨਵੀਂ ਕਿਸਮ ਦੀ ਰਾਜਨੀਤੀ ਕਿ ਧੋਖਾ ਧੜੀ ਤੇ ਝੂਠ ਫਰੇ ਵੱਡੇ ਵੱਡੇ ਗਪੌੜ ਸੰਘ ਬਣ ਕੇ ਤੁਸੀਂ ਵੋਟਾਂ ਲੈਣੀਆਂ ਲੋਕਾਂ ਤੋਂ ਤੇ ਅਖੀਰ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਤੇ ਅਭਿਆਸ ਹੋ ਜਾਊਗਾ ਉਹ ਹੋ ਰਿਹਾ ਤੇ ਅਖੀਰ ਬਚੂਗਾ ਤੇ ਉਹੀ ਕਿ ਲੋਕ ਸੋਚ ਕੇ ਚੰਗੇ ਬੰਦੇ ਅੱਗੇ ਲਿਆਉਣਗੇ ਬੜਾ ਔਖਾ ਆ ਪਚੀਦਾ ਆ ਮੈਂ ਤੁਹਾਨੂੰ ਸਾਡੀ ਨੇ ਸਮਾਜ ਦਾ ਇੱਕ ਰਾਜਨੀਤੀ ਸਾਨੂੰ ਉਹੋ ਜਿਹੀ ਮਿਲਦੀ ਹੈ ਜਿਹੋ ਜਿਹਾ ਸਾਡਾ ਸਮਾਜ ਹੈ ਤੇ ਸਮਾਜ ਸਾਡੇ ਨੂੰ ਇੱਕ ਬਹੁਤ ਗਹਿਰਾ ਕੋੜ ਕਹਿ ਲਓ ਜਾਂ ਉਹਦੇ ਨੂੰ ਵੀ ਸਖਤ ਸ਼ਬਦ ਵਰਤਾਂ ਤੇ ਕੈਂਸਰ ਲੱਗਾ ਉਹ ਮਾਰਿਆ ਤੇ ਨਹੀਂ ਹੈ ਜੀ ਪਰ ਉਹ ਘੱਟ ਵੀ ਨਹੀਂ ਹੈ ਮਾਰ ਨਾਲ ਉਹ ਕੈਂਸਰ ਕੀ ਹੈ ਸਾਡੀ ਸੋਚ ਦਾ ਤੇ ਸਮਾਜ ਦਾ ਜਿਹੜੀ ਕਲੈਕਟਿਵ ਕੌਨਸ਼ੀਅੰਸ ਹੁੰਦੀ ਹੈ ਸਮਾਜ ਦਾ ਜਿਹੜਾ ਦਿਮਾਗ ਕਹਿ ਲਓ ਤੁਸੀਂ ਉਹ ਇਹ ਹੈ ਕਿ ਜਿਹੜਾ ਵੀ ਕੰਮ ਕਰਦਾ ਜੇ ਕੋਈ ਸਖਤ ਮਿਹਨਤ ਕਰਦਾ ਤੇ ਲੋਕ ਉਹਨੂੰ ਮੈਂ ਜੇ ਪਉ ਤੇ ਉਹ ਸਮਝਾ ਤੇ ਸ਼ਦਾਈ ਸਮਝਦੇ ਆ ਯਾਨੀ ਸਮਝਦੇ ਇਹ ਬੰਦਾ ਐਵੇਂ ਆ ਗੁੱਡ ਫਰ ਨਾ کہیں ਤੇ ਇਹ ਆ ਜਿਹੜਾ ਖੇਤੀ ਦਾ ਕੰਮ ਕਰਦਾ ਜਾਂ ਖੇਤੀ ਤੋਂ ਨਾਲ ਤੁਸੀਂ ਜੇ ਥੋੜਾ ਜਿਹਾ ਹੋਰ ਅਲੱਗ ਲਾ ਲਓ ਕੋਈ ਕੋਈ ਰਿਕਸ਼ਾ ਚਲਾਉਂਦਾ ਜਾਂ ਕੋਈ ਟੈਕਸੀ ਚਲਾਉਂਦਾ ਜਾਂ ਕੋਈ ਹੋਰ ਛੋਟੇ ਮੋਟੇ ਕੰਮ ਮੈਂ ਤੈਨੂੰ ਇਹ ਕਿੱਥੋਂ ਦੱਸ ਰਿਹਾ ਅੱਜ ਇੱਕ ਟੈਕਸੀ ਵਾਲਾ ਉਹ ਇਥੇ ਚੰਡੀਗੜ੍ਹ ਤੋਂ ਪੜਿਆ 25 ਸਾਲ ਵਿਦੇਸ਼ਾਂ 'ਚ ਰਹਿ ਕੇ ਆਇਆ ਮੈਂ ਉਹਦੇ ਨਾਲ ਆਇਆ ਅੰਗਰੇਜ਼ੀ 'ਚ ਉਹ ਗੱਲ ਕਰੇ ਹਾਂ ਉਹ 25 ਸਾਲ ਬਾਅਦ ਰਹਿ ਕੇ ਦੇ ਸਾਰਾ ਬਹੁਤ ਕੋਈ ਇਥੇ ਡੀਏਵੀ 'ਚ ਪੜਿਆ ਕਪਲਦੇਵ ਦੇ ਨਾਲ ਉਹਦੇ ਉੱਥੇ ਉਹਦੀ ਕ੍ਰਿਕਟ ਦੀ ਟੀਮ ਹੁੰਦੀ ਸੀ ਛੋਟਾ ਪੈਂਟਾ ਸਾਲਾਂ ਦਾ ਹੁਣ ਉਹਨੇ ਆਪਣੀ ਜੇ ਸਾਰੀ ਗੱਲ ਦੱਸੀ ਤੇ ਉਹ ਐ ਟੋਖ ਦੀ ਗੱਲ ਸੀ ਉਹ ਕਹਿੰਦਾ ਮੈਂ ਇਥੇ ਟੈਕਸੀ ਚ ਲਾਉਣਾ ਗਾਹ ਕਾ ਜਾਂਦੇ ਉਹਨੂੰ ਲੱਗਦਾ ਇਹ ਸ਼ਦਾਈ ਜਿਹਾ ਕੋਈ ਹੋਣਾ ਬੰਦਾ ਸਾਭਾਵਨੇ ਸਿਰ ਤੇ ਬੱਦਲ ਸੀ ਪੂਰਾ ਹੀ ਪੜਿਆ ਲਿਖਿਆ ਸੀਗਾ ਕੋਈ ਕਿਸੇ ਕਿਸਮ ਦੀ ਕਮੀ ਨਹੀਂ 25 ਸਾਲ ਜਿਹੜਾ ਬਾਹਰ ਛੇਆਂ ਸੀ ਕੰਟਰੀ ਚ ਰਹਿ ਕੇ ਆਇਆ ਸੀਗਾ ਕੰਮ ਕਰਕੇ ਆਇਆ ਸੀ ਚੰਗਾ ਹੁਣ ਇਹ ਗੱਲ ਦੱਸਿਆ ਜਿਹੜਾ ਉਹਨਾਂ ਸੱਭਿਆਚਾਰਾਂ ਨੂੰ ਨੇੜਿਓਂ ਦੇਖ ਕੇ ਇੱਥੇ ਉਸੇ ਤਰੀਕੇ ਨਾਲ ਵਿਚਰਨਾ ਚਾਹੁੰਦਾ ਕਿ ਜਿੱਥੇ ਕੰਮ ਵਾਲਿਆਂ ਦੀ ਕੰਮ ਕਰਨ ਵਾਲਿਆਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਕੰਮ ਵੀ ਮਿਲਦਾ ਤੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਉਹ ਕਹਿੰਦਾ ਮੇਰੇ ਗਲੇ ਪੈ ਜਾਂਦੀ ਤੂੰ ਹੁੰਦਾ ਕੌਣ ਆ ਤੂੰ 100 ਰੁਪਏ ਮੰਗੀ ਜਾਂਦਾ ਮੈਂ ਤਾਂ ਕੱਲ 50 ਤੇ ਗਿਆ ਸੀਗਾ ਕਿੰਦਾ ਇੱਥੇ ਕੰਮ ਕਰਨ ਵਾਲੇ ਨੂੰ ਛਦਾਈ ਸਮਝਦੇ ਆ ਬੀਬਕੂਪ ਸਮਝਦੇ ਆ ਹੀਣਾ ਸਮਝਦੇ ਆ ਹੀਣ ਭਾਵਨਾ ਨਾਲ ਦੇਖਦੇ ਮੈਂ ਤੁਹਾਨੂੰ ਜਿਹੜੀ ਗੱਲ ਕਿ ਬੀਬਕੂਪ ਹੋਣਾ ਤਾਂ ਕਿ ਆਹ ਕੰਮ ਕਰੀ ਜਾਂਦਾ ਇਹਦਾ ਦਿਮਾਗ ਵੀ ਉਹ ਨਹੀਂ ਹੋਣਾ ਜਿਵੇਂ ਜਿਹਾ ਇਹ ਕੰਮ ਕਰਦਾ ਇਹਨੂੰ ਇਹਨੂੰ ਇਹਦੇ ਨਾਲ ਬਤੀਰਾ ਵੀ ਇਹੋ ਜਿਹਾ ਹੋਣਾ ਚਾਹੀਦਾ ਇਹ ਜਿਹੜਾ ਸਾਡੀ ਇੰਡੀਆ ਦੀ ਇੱਕ ਭਿਆਨਕ ਬਹੁਤ ਭਿਆਨਕ ਪ੍ਰੋਬਲਮ ਇਸੇ ਕਰਕੇ ਕੋਈ ਕੰਮ ਵੀ ਨਹੀਂ ਕਰਨਾ ਚਾਹੁੰਦਾ ਭੁੱਖਾ ਮਰ ਜਾਊਗਾ ਚੋਰੀ ਨਾਲ ਮੁਫਤ ਦਾ ਕੋਈ ਮਾਲ ਲੈ ਕੇ ਤੇ ਖਾ ਲੂਗਾ ਪਰ ਉਹ ਮਿਹਨਤ ਕਰਨ ਦੀ ਜਗ੍ਹਾ ਚਿੱਟੇ ਕੱਪੜੇ ਪਾ ਕੇ ਤੁਰ ਤੁਰਨਾ ਪਸੰਦ ਕਰੂਗਾ ਟਾਈ ਲਾਈ ਹੋਗੀ ਤੇ ਭਾਵੇਂ ਉਹ ਕਿਸੇ ਦੀ ਚੋਰੀ ਕਰਕੇ ਤੇ ਭਾਵੇਂ ਗਵਾਂਢੀੋਂ ਮੰਗ ਕੇ ਪਰ ਲੱਗਣੀ ਚਾਹੀਦੀ ਆ ਕਿ ਮੈਂ ਬੜਾ ਤਕੜਾ ਕਰਾਂ ਉਹ ਵੱਡਾ ਅਮੀਰ ਬੰਦਾ ਤੇ ਜਿਉਂ ਹੀ ਲਾਹੌਰ ਦਾ ਸ਼ਹੀਨ ਤੇ ਜੇਬ ਚ ਗਾ ਤੇਰਾ ਇਹ ਹਾਲਤ ਸਾਡੇ ਜਣੀ ਜਿਹੜੀ ਹੈ ਨਾ ਅਸੀਂ ਦੇ ਦੇ ਉਹ ਜਿਹੜੀ ਆਪਾਂ ਜਣੀ ਜਾਲੀ ਜ਼ਿੰਦਗੀ ਜੀਨੇ ਆ ਜ਼ਿੰਦਗੀ ਉਹਦੇ ਚ ਜਦ ਤੱਕ ਉਹ ਮਖੌਟੇ ਲਾ ਕੇ ਆਉਂਦੇ ਨਹੀਂ ਸਾਡੇ ਦੇਸ਼ ਦੇ ਵਿੱਚ ਭਾਵੇਂ ਜਿਹੜੀ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਆ ਭਾਵੇਂ ਵਿਕਾਸ ਦੀ ਗੱਲ ਕਰਦੇ ਆ ਕਿਸੇ ਵੀ ਕਿਸਮ ਦਾ ਉਹ ਇੱਕ ਪੈਰਾਂ 'ਚ ਜ਼ੰਜੀਰ ਪਈ ਆ ਉਹਦੇ ਤੋਂ ਜਦ ਤੱਕ ਇਨਕਲਾਬ ਨਹੀਂ ਲਿਆਉਂਦੇ ਉਹ ਜ਼ੰਜੀਰ ਤੋੜਦੇ ਨਹੀਂ ਸਾਨੂੰ ਬੜੀਆਂ ਹੋਰ ਵੀ ਮੁਸ਼ਕਲਾਂ ਦਾ ਸਾਮਣਾ ਕਰਨਾ ਪਊਗਾ ਇਸੇ ਕਰਕੇ ਸਾਡੇ ਦੇਸ਼ ਦੇ ਅੰਦਰ ਆਪਾਂ ਕਈ ਤੇ ਜਾਣਦੇ ਆ ਰੋਜ਼ ਸਭ ਤੋਂ ਵੱਡੀ ਡੈਮੋਕ੍ਰੇਸੀ ਬੜੀ ਮਜ਼ਬੂਤ ਡੈਮੋਕ੍ਰੇਸੀ ਵਾਈਬ੍ਰੈਂਟ ਡੈਮੋ ਬਿਕ ਬੜੇ ਵੱਡੇ ਤੌਰ ਤੇ ਫਲਾ ਕਰ ਰਹੀ ਆ ਬੜੀ ਸ਼ਰਮ ਸਰਬਸ਼ਕਤੀਮਾਨ ਡੈਮੋਕ੍ਰੇਸੀ ਇਹ ਹੋ ਜਾ ਸਾਡਾ ਯਾਨੀ ਗੱਲਾਂ ਰੋਜ਼ ਤੁਸੀਂ ਸੁਣਦੇ ਆ ਪਰ ਥਰਾਤਲ ਤੇ ਹਾਲਾਤ ਆਪਾਂ ਸਾਰੇ ਜਾਣਦੇ ਆ ਕਿ ਉਹ ਵੱਤੋਂ ਬੱਤਰ ਹੋ ਰਿਹਾ ਹੈ ਬਿਲਕੁਲ ਇਹ ਤਾਂ ਹੁਣ ਜੇ ਲੋਕ ਸਾਡੇ ਸਿਆਣੇ ਹੋਣ ਨਾ ਮੈਂ ਪ੍ਰੋਫੈਸਰ ਕੋਤੇ ਪੜ੍ਹ ਰਿਹਾ ਸੀਗਾ ਕਿ ਇਹ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ ਭਾਵੇਂ ਭਾਰਤ ਆਜ਼ਾਦ ਹੋਇਆ ਪਰ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਜੇ ਉਹਨਾਂ ਨੂੰ ਗੁਲਾਮ ਬਣਾ ਕੇ ਉਸੇ ਢੰਗ ਨਾਲ ਰੱਖਿਆ ਜਾਂਦਾ ਆ ਮੈਂ ਇਹ ਵੀ ਪੜਿਆ ਨਾਲ ਉਹ ਕਹਿੰਦੇ ਕਿ ਇੱਥੇ ਜੇ ਕੋਈ ਗੋਰਾ ਉਸ ਉਹਦੋਂ ਜਦੋਂ ਭਾਰਤ ਆਜ਼ਾਦ ਨਹੀਂ ਸੀ ਉਹ ਇੱਥੇ ਨੌਕਰੀ ਕਰਕੇ ਭਾਵੇਂ ਆਈਐਸ ਵੀ ਹੁੰਦਾ ਜੇ ਬਾਹਰਲੇ ਬੁਣਕੇ ਜਾਂਦਾ ਸੀ ਤੇ ਉੱਥੋਂ ਦੇ ਸਿਸਟਮ ਦੇ ਵਿੱਚ ਉਹਨੂੰ ਨੌਕਰੀ ਨਹੀਂ ਸੀ ਦਿੰਦੇ ਉਹ ਕਹਿੰਦੇ ਕਿ ਗੁਲਾਮਾਂ ਦੇ ਉੱਤੇ ਰਾਜ ਕਰਕੇ ਆਇਆ ਤੇ ਇੱਥੇ ਤਾਂ ਆਜ਼ਾਦ ਨੇ ਸਾਡੇ ਲੋਕਾਂ ਨੂੰ ਉਹਨਾਂ ਦੇ ਵਿੱਚ ਹੀ ਨਹੀਂ ਵੇਚ ਸਕਦਾ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਇੱਥੇ ਕੰਮ ਕਰਦੇ ਆ ਤੇ ਤੁਹਾਨੂੰ ਲੱਗਦਾ ਕਿ ਜੀ ਤਾਂ ਐਵੇਂ ਦਿਹਾੜੀ ਦੀ ਥੋਪਾ ਕਰਦਾ ਨਾਲੇ ਪਤਾ ਹੈ ਕਿ ਜੇ ਬੰਦਾ 20 25 ਲੱਖ 50 ਲੱਖ ਲਾ ਕੇ ਜੇ ਬਾਹਰ ਚੱਲਿਆ ਉੱਥੇ ਜਾ ਕੇ ਕੋਈ ਵਾਈਟ ਕਲਰ ਜੋਬ ਨਹੀਂ ਉੱਥੇ ਜਾ ਕੇ ਉਹੀ ਕੰਮ ਕਰਦੇ ਨੇ ਸਭ ਨੂੰ ਪਤਾ ਕੀ ਕੰਮ ਕਰਦੇ ਨੇ ਪਰ ਫਿਰ ਵੀ ਇਹੀ ਹੈ ਮਾਨਸਿਕਤਾ ਕਿ ਜੇ ਇੱਥੇ ਕੱਢਦਾ ਤੇ ਇੱਥੇ ਦਾ ਜੀ ਇਦਾਂ ਮਜ਼ਦੂਰ ਬੰਦਾ ਇਹਨੇ ਕੀ ਘਰ ਚਲਾਉਣਾ ਹੈ ਤੇ ਜੇ ਉੱਥੇ ਚਲਾ ਜਾਏ ਸੁਪਨੇ ਅੱਕੇ ਚਕਾ ਚੌਂਦ ਕੇ ਜੀ ਡਾਲਰ ਆਉਣਗੇ ਹੁਣ ਮਹੀਨੇ ਦੇ ਇਹ ਤਾਂ ਪਤਾ ਹੀ ਹੈ ਵੀ ਕਰਨਾ ਉਹਨੇ ਕੀ ਹੈ ਬਸ ਇਹ ਹੈ ਕਿ ਬੰਦਾ ਬਾਹਰ ਹੈ ਵਧਾਈਆਂ ਜੀ ਵਧਾਈਆਂ ਉਹਨੇ ਥੋੜੀ ਗੱਲ ਆਪਾਂ ਜ਼ਿਆਦਾ ਇਸ ਪਾਸੇ ਲੈ ਕੇ ਸਮਝਣ ਤਾਂ ਚੰਗੀ ਗੱਲ ਹੈ ਇਹਨੂੰ ਸ਼ੇਅਰ ਵੀ ਕਰ ਲੈਣ ਸਮਝਣ ਦੀ ਸਾਰੀ ਘਾਟ ਹੁੰਦੀ ਹੈ ਪ੍ਰੋਫੈਸਰ ਇੱਕ ਗੱਲ ਹੈ ਸਰਕਾਰ ਤੁਹਾਡੇ ਦਵਾਰ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਚੰਗਾ ਪ੍ਰਾਲ ਲੈ ਕੇ ਜਾ ਕੇ ਲੋਕਾਂ ਦੇ ਵਿੱਚ ਉੱਥੇ ਪਤਾ ਨਹੀਂ ਉਹਨਾਂ ਨੂੰ ਲੋਕਾਂ ਦੀ ਸੁਣਵਾਈ ਹੁੰਦੀ ਕਿਸ ਢੰਗ ਦੇ ਨਾਲ ਮਾਨਸਾ ਦੇ ਵਿੱਚ ਹੁਣ ਇਹਨਾਂ ਨੇ ਐਡ ਕੀ ਕਰਨੀ ਆ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਲੈ ਕੇ ਉੱਥੇ ਪਹੁੰਚਣਗੇ ਤਾਂ ਚੰਚੰ ਸਾਰਾ ਉੱਥੇ ਹੋਵੇਗਾ ਵੈਸੇ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਪਿੰਡਾਂ ਤੋ ਸਰਕਾਰ ਚੱਲਿਆ ਕਰੇਗੀ ਖੈਰ ਹੁਣ ਉਹਦੇ ਵਿੱਚ ਮੁੱਦੇ ਕੀ ਹੋਣੇ ਇਹ ਕਹਿੰਦੇ ਕਿ ਬਹੁਤ ਜਲਦੀ ਦੱਸਾਂਗੇ ਪਰ ਮੈਨੂੰ ਫੋਰੀ ਮੁੱਦੇ ਇਹੋ ਜਿਹੇ ਲੱਗਦੇ ਨੇ ਕਿ ਜਿਵੇਂ ਰੋਜ਼ਗਾਰ ਦਾ ਹੋ ਗਿਆ ਕੈਨੇਡਾ ਦੇ ਵਿੱਚ ਦੇਖੋ ਕਿਵੇਂ ੱੱਕੇ ਖਾਰੇ ਪੰਜਾਬੀ ਭਾਰਤ ਫੜੀ ਉੱਥੋਂ ਦੀ ਸਰਕਾਰ ਨੇ ਇੱਥੋਂ ਵਾਲਿਆਂ ਨੇ ਵੀ ਕਹਿਤਾ ਕੁਲਦੀਪ ਢਾਲੀਵਾਲ ਨੇ ਕਿ ਅਸੀਂ ਉੱਥੇ ਵਕੀਲਾਂ ਦੇ ਪੈਨਲ ਨਾਲ ਗੱਲ ਕਰ ਲਈ ਹੈ ਪਰ ਉੱਥੇ ਜਾ ਕਿਉਂ ਰਹੇ ਨੇ ਉਹਦਾ ਹੱਲ ਕੀ ਹੈ ਇੱਥੇ ਬੈਠੇ ਜਿਹੜੇ ਖਿਡਾਰੀ ਨੇ ਇੱਧਰ ਵੱਲ ਜਾਣਾ ਚਾਹੁੰਦੇ ਨੇ ਉਹ ਉਹਨਾਂ ਦਾ ਕੀ ਕਾਰਨ ਹੈ ਇਹ ਕਹਿੰਦੇ ਕਿ ਅਸੀਂ ਹਜ਼ਾਰਾਂ ਨੌਕਰੀਆਂ ਦੇ ਦਿਤੀਆਂ ਇਹ ਕਹਿੰਦੇ ਕਿ ਅਸੀਂ ਸਿੱਖਿਆ ਦੇ ਢਾਂਚੇ ਨੂੰ ਸਹੀ ਕਰਨਾ ਮੇਰੇ ਧਿਆਨ ਚਾਰਾ ਸੀ ਕਿ ਜਿਨ੍ਹਾਂ ਨੂੰ ਤੁਸੀਂ ਨੌਕਰੀਆਂ ਦੇ ਰਹੇ ਹੋ ਉਹ ਅੱਜ ਤਾਂ ਇੱਕ ਦਿਨ ਚ ਪੜ ਕੇ ਉਹ ਪਿਛਲੇ ਉਸੇ ਸਿਸਟਮ ਦੀ ਦੇਣ ਨੇ ਉਹ ਚੋ ਹੀ ਪੜ ਕੇ ਕੋਈ ਸਰਕਾਰੀ ਪੜ ਆ ਕੋਈ ਪ੍ਰਾਈਵੇਟ ਪੜ ਆ ਕੋਈ ਇੰਸਟੀਚਿਊਟ ਤੇ ਪੜ ਆ ਇਸੇ ਸਿਸਟਮ ਚ ਆ ਰਹੇ ਨੇ ਤੇ ਕਿਉਂ ਨਾ ਇਸ ਸਿਸਟਮ ਨੂੰ ਹੋਰ ਸੁਧਾਰ ਲਿਆ ਜਾਵੇ ਇਹਦੇ ਵਿੱਚ ਜਿਵੇਂ ਇਮੀਗ੍ਰੇਸ਼ਨ ਏਜੰਟ ਹੈ ਜਾਂ ਹੋਰ ਜਿਹੜੇ ਫਰਾਡ ਹੁੰਦੇ ਨੇ ਉਹ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਜਿਵੇਂ ਸੁਰੱਖਿਆ ਦੀ ਭਾਵਨਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਵੀ ਆਵੇ ਇਹ ਬਹੁਤ ਫੋਰੀ ਮੁੱਦੇ ਨੇ ਜਿਹੜੇ ਹੱਲ ਕਰਨ ਵਾਲੇ ਨੇ ਸੁਖਿੰਦਰ ਸੰਗਤ ਦਰਸ਼ਨ ਤੇ ਸਰਕਾਰ ਤੁਹਾਡੇ ਦਰਵਾਜ਼ੇ ਤੱਕ ਫਰਕ ਕੀ ਹੈਗਾ ਕੀ ਕੋਈ ਗੱਲ ਹੈ ਉੱਥੇ ਵੀ ਸਰਕਾਰ ਜਾਂਦੀ ਸੀ ਨਾਲ ਚੱਕ ਜਾਂਦੀ ਸੀ ਬਾਬਾ ਸੰਤਖਲਾਜ ਜਿਵੇਂ ਉਹ 크리스마ਸ ਤੇ ਲੈ ਕੇ ਆਉਂਦਾ ਜਾਂ ਗਿਫਟ ਇੰਜ ਜਾਂਦੇ ਸੀਗੇ ਤੈਨੂੰ ਉਹ ਪੁੱਛਦੇ ਸੀ ਸਰਪੰਚ ਨੂੰ ਭਾਈ ਕਿੰਨੇ ਚਾ ਕਿੰਨਾ ਵਿਕਾਸ ਰਹਿ ਗਿਆ ਉਹ ਕਹਿੰਦੇ ਜੀ ਤਿੰਨ ਮੰਗਿਆ ਸੀਗਾ ਜੇ ਦੋ ਹੀ ਦੇ ਦੋ ਤੇ ਨਾ ਦੋ ਨਾਲ ਨਹੀਂ ਚੱਲਣਾ ਤੂੰ ਆ 5 ਲੱਖ ਦਾ ਚੈੱਕ ਦਿਓ ਜੀ ਸਰਪੰਚ ਸਾਹਿਬ ਨੂੰ ਮੈਨੂੰ ਪਤਾ ਆ ਫਿਰ ਤੁਸੀਂ ਦੁਬਾਰਾ ਧੱਕੇ ਖਾਂਦੇ ਆਓਗੇ ਹੁਣ ਆਏ ਆ ਹੁਣ ਆਪਣਾ ਕੰਮ ਪੂਰਾ ਕਰ ਲਾ ਬਸ ਗਾਹ ਕੀ ਹੁੰਦਾ ਸੀ ਉਹ ਨਹੀਂ ਮੈਂ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਪਰ ਇੰਜ ਜਾਂਦੇ ਸੀਗੇ ਬਾਬਾ ਬਾਬਾ ਜੀ ਜਾਂਦੇ ਸੀਗੇ ਤੇ ਲੋਕਾਂ ਦੇ ਨਾਲ ਉਸੇ ਵੇਲੇ ਪੰਚਾਇਤ ਗੱਲਾਂ ਬਾਤਾਂ ਸੁਣਉਂਦੀਆਂ ਨਾ ਹੋਵੇ ਚੰਗੀ ਗੱਲ ਆ ਘੱਟੋ ਘੱਟ ਈਮਨਿਸਟਰ ਨੂੰ ਨੇੜੇ ਲੋਕ ਮਿਲਤੇ ਲੈਂਦੇ ਸੀ ਦੇਖ ਵੀ ਲੈਂਦੇ ਸੀ ਗੱਲਬਾਤ ਵੀ ਆਪਣਾ ਦੁੱਖੜਾ ਦੂਰ ਹੋਏ ਜਾਂ ਨਾ ਹੋਏ ਸੁਣਾ ਤੇ ਦਿੰਦੇ ਸੀਗੇ ਇੱਥੇ ਤੇ ਸੁਣਦਾ ਹੀ ਕੋਈ ਨਹੀਂ ਹੁਣ ਇਸ ਤਰ੍ਹਾਂ ਹੀ ਇਹੀ ਇਹਦਾ ਦੂਜਾ ਨਾਮ ਆ ਸਰਕਾਰ ਤੁਹਾਡੇ ਦਵਾਰ ਉਹ ਤਰ੍ਹਾਂ ਪੈਰਾਫਨੇਲੀਆ ਲੈ ਕੇ ਜਾਇ ਕਰਨਗੇ ਨਾਲ ਉਥੇ ਡੀਸੀ ਹੋਊਗਾ ਐਸਡੀਐਮ ਹੋਊਗਾ ਜਿਹੜੇ ਜਿਹੜੇ ਵੀ ਪੁਲਿਸ ਵਾਲੇ ਹੋਣਗੇ ਰੈਵਨਿਊ ਵਾਲੇ ਹੋਣਗੇ ਜਿਹੜੇ ਕੰਮ ਹੈ ਲਓ ਵੀ ਆ ਵੀ ਕੰਮ ਕਰ ਦਿਓ ਆ ਵੀ ਕੰਮ ਕਰ ਦਿਓ ਆ ਵੀ ਕੰਮ ਕਰ ਦਿਓ ਇਸ ਤਰੀਕੇ ਨਾਲ ਸਰਕਾਰ ਕਿਉਂ ਚਲਾਉਂਦੇ ਸਰਕਾਰ ਤੇ ਇੱਕ ਬਹੁਤ ਉੱਪਰੋਂ ਲੈ ਕੇ ਚੀਫ ਮਿਨਿਸਟਰ ਤੋਂ ਲੈ ਕੇ ਥੱਲੇ ਮਿਨਿਸਟਰ ਮਿਨਿਸਟਰ ਤੋਂ ਐਮਐਲਏ ਐਮਐਲਏ ਦੇ ਨਾਲ ਦੂਜੀਆਂ ਵਿਰੋਧੀ ਪਾਰਟੀਆਂ ਦੇ ਐਮਐਲਏ ਫਿਰ ਤੁਹਾਡੇ ਕੋਲ ਬਿਊਰੋਕ੍ਰੇਸੀ ਹੈ ਚੀਫ ਸੈਕਟਰੀ ਤੋਂ ਲੈ ਕੇ ਥੱਲੇ ਪੀਨ ਤੱਕ ਡਿਸਟ੍ਰਿਕਟ ਦੇ ਪੀਨ ਤੱਕ ਸਾਰਾ ਇੱਕ ਸਿਸਟਮ ਹੈ ਸਿਸਟਮ ਤੋਂ ਕੰਮ ਲਾਓ ਜੇ ਨਹੀਂ ਕਰਦੇ ਤੇ ਉਹਨਾਂ ਨੂੰ ਬਦਲੋ ਨਹੀਂ ਬਦਲਦੇ ਤੇ ਕੋਈ ਹੋਰ ਨਵੇਂ ਲੈ ਕੇ ਆਓ ਇਹ ਕੀ ਹੋਇਆ ਕਿ ਚੀਫ ਮਿਨਿਸਟਰ ਸੁਰੇਸ਼ਵਰ ਝੋੜਾ ਪਰ ਕੇ ਨੋਟਾਂ ਦਾ ਚੱਲ ਪਿਆ ਆ ਲੈ ਵੀ 5 ਰੁਪਏ ਤੂੰ ਲੈ ਆ ਮਰੁੰਡਾ ਤੂੰ ਲੈ ਪਕੌੜੇ ਤੂੰ ਖਾ ਲੈ ਜਲੇਬੀ ਉਹਨੂੰ ਦੇ ਦੇ ਇਹ ਕੀ ਕੰਮ ਹੈਗਾ ਇਹ ਚੀਫ ਮਿਨਿਸਟਰ ਦਾ ਕੰਮ ਨਹੀਂ ਹੈਗਾ ਚੀਫ ਮਿਨਿਸਟਰ ਦਾ ਕੰਮ ਕਰਨਾ ਨਹੀਂ ਕੰਮ ਲੈਣਾ ਕੰਮ ਕਰਵਾਉਣਾ ਕੰਮ ਦੇਣਾ ਔਰ ਉਹਦੀ ਸੁਪਰਵੀਜ਼ਨ ਕਰਨੀ ਔਰ ਅਕਾਉਂਟੇਬਿਲਟੀ ਤੈਅ ਕਰਨੀ ਇੱਥੇ ਤੇ ਇੱਥੇ ਚੱਲ ਪਿਆ ਆ ਇਹ ਰਜਵਾੜਾ ਸਾਹੀ ਦੀ ਸੋਚ ਹੈ ਕਿ ਇਹ ਟੀ ਮਿਨਿਸਟਰੀਅਲੀ ਸੋਚ ਨਹੀਂ ਹੈ ਜਿਹੜਾ ਕੋਈ ਕਹਿੰਦਾ ਜੇ ਮੇਰੀ ਫੋਟੋ ਨਾ ਲੱਗੀ ਜਗਾ ਜਗਾ ਜੇ ਮੇਰੀ ਰੋਜ਼ ਅਖਬਾਰ ਚ ਵੀਡੀਓ ਨਾ ਆਈ ਟੀਵੀ ਤੇ ਮੈਂ ਨਾ ਆਇਆ ਮੇਰੀ ਪ੍ਰੈਸ ਕਾਨਫਰੈਂਸ ਤੇ ਮੈਂ ਤੇ ਲੋਕਾਂ ਦੀ ਸੋਚ ਤੋਂ ਹੀ ਬਾਹਰ ਚਲੇ ਜਾਊਗਾ ਦੂਜਾ ਹੁੰਦਾ ਕੌਣ ਹੈ ਮੇਰੀ ਜਗ੍ਹਾ ਆਪਣਾ ਵੱਡਾ ਬਣ ਕੇ ਰੋਜ਼ ਬਿਆਨ ਦੇਣ ਦਾ ਆ ਦੇਖ ਲੈ ਜਿਹੜੇ ਸੀਗੇ ਲਾਤੇ ਨੇ ਨੁਕਰੇ ਜਿਹੜੇ ਬਹੁਤੇ ਬਿਆਨ ਇਹ ਮੈਂ ਨਹੀਂ ਉਸ ਗੱਲ ਤੇ ਚਰਚਾ ਤੇ ਜਾਂਦਾ ਪਰ ਇਹ ਹੈ ਕਿ ਮੇਰੀ ਤੇ ਸਾਰੀ ਸੂਈ ਹੋਵੇ ਮੈਂ ਹੀ ਮੈਂ ਹੁਆ ਐ ਸਾਡੇ ਲੀਡਰਾਂ ਦੀ ਖਾਸ ਕਰਕੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦੀ ਪ੍ਰਧਾਨ ਮੰਤਰੀ ਵੀ ਉਸੇ ਤਰ੍ਹਾਂ ਆ ਗੱਲ ਇਹ ਤੇ ਚਾਰ ਚਾਰ ਸੂਟ ਕਿਵੇਂ ਬਦਲਦੇ ਆ ਐਨ ਪੂਰਾ ਡਰੈਸ ਅਪ ਹੋ ਕੇ ਜਾਂਦੇ ਪਤਾ ਨਹੀਂ ਕਿਛੇ ਕਿੱਥੇ ਕਿੰਨੀ ਪਿੱਛੇ ਟੀਮ ਰੱਖੀ ਹੋਣੀ ਆ ਜਿਹੜੇ ਉਹਨਾਂ ਨੂੰ ਸਜਾਸ ਜੂ ਕੇ ਡਿਜ਼ਾਈਨਰ ਬਣਾ ਕੇ ਦਿੰਦੇ ਉਹਨਗੇ ਐਸ ਜਗ੍ਹਾ ਤੇ ਆਂ ਜਾਂਦੇ ਐਸ ਜਗ੍ਹਾ ਤੇ ਆਂ ਇਹ ਸਾਰੀ ਇੱਕ ਨਵੀਂ ਕਿਸਮ ਦੀ ਸੋਚ ਪੈਦਾ ਹੋ ਗਈ ਆ ਕਹਿਣਾ ਆਪਣੇ ਆਪ ਨੂੰ ਫਕੀਰ ਕਹਿਣਾ ਆਪਣੇ ਆਪ ਨੂੰ ਆਮ ਲੋਕ ਕਹਿਣਾ ਆਪਣੇ ਆਪ ਮੈਂ ਤੇ ਪਿੰਡਾਂ ਚੋਂ ਹੀ ਆਇਆ ਹੜਬੋਂਦਾ ਆਇਆ ਤੇ ਗੱਲਾਂ ਤੇ ਤੌਰ ਤਰੀਕੇ ਤੇ ਉਹਨਾਂ ਦੀ ਅਯਾਸ਼ੀ ਜੇ ਦੇਖੋ ਤੇ ਤੁਹਾਨੂੰ ਇਹ ਲੱਗੂਗਾ ਕਿ ਮਹਾਰਾਜਾ ਪਟਿਆਲੇ ਨੂੰ ਵੀ ਮਾਤ ਪਾਰੇ ਇਹ ਜਿਹੜੀਆਂ ਸਾਡੀਆਂ ਨਾ ਇਹੀ ਚੀਜ਼ਾਂ ਸਾਨੂੰ ਛੱਡਦੀਆਂ ਨਹੀਂ ਹੈਗੀਆਂ ਤੇ ਲੋਕ ਵੀ ਇਸ ਗੱਲ ਤੇ ਖੁਸ਼ ਰਹਿੰਦੇ ਆ ਵੀ ਤੁਸੀਂ ਉਹਨਾਂ ਨੂੰ ਜਰਾ ਜੋ ਬਣਦਾ ਆ ਉਹਨਾਂ ਦੀ ਜਗ੍ਹਾ ਤੇ ਦਿਖਾਇਆ ਕਰੋ ਦਿਖਾਉਂਦੇ ਆ ਕਈ ਜਗ੍ਹਾ ਤੇ ਦਿਖਾਉਂਦੇ ਆ ਰੋਜ਼ ਮਜਾਰੇ ਹੁੰਦੇ ਆ ਕਈ ਜਦੋਂ ਆ ਕੱਲ ਵੀ ਜਿੱਥੇ ਆਏ ਸੀਗੇ ਇੱਕ ਉਦਘਾਟਨ ਕਰਨ ਕਿਸੇ ਦਾ ਸਵਾਸਥ ਸੈਂਟਰ ਸੀਗਾ ਕੋਈ ਹੈ ਤੇ ਮੇਰਾ ਕਾ ਫਾਊਂਡੇਸ਼ਨ ਸਟੋਨ ਰੱਖਣ ਆਏ ਸੀ ਉੱਥੇ ਲੋਕਾਂ ਨੇ ਮਜਾਰੇ ਕੀਤੇ ਕੋ ਟਕਟਾਪਾ ਵੀ ਖਾਂਦੇ ਆ ਕੀ ਕਰਨ ਹਾਲਤ ਫੋਟੋ ਲਵਾਉਂਦੀ ਤੇ ਆਪਣਾ ਜਿਹੜਾ ਲੋਕਾਂ ਦੇ ਵਿੱਚ ਪ੍ਰੋਪਾਗੈਂਡਾ ਡੇਲੀ ਭੇਜਣ ਦੀ ਮਿਨਿਸਟਰ ਦਾ ਜੀ ਮੈਂ ਕਹਿੰਦਾ ਚੀਫ ਮਿਨਿਸਟਰ ਦੀ ਭੁੱਖ ਇੰਨੀ ਜ਼ਿਆਦਾ ਵਧੀ ਹੋਈ ਹੈ ਤੁਹਾਡੇ ਜੇ ਮਹੱਲੇ ਦੇ ਪਿੱਛੇ ਕੋਈ ਥੜਾ ਰਿਪੇਅਰ ਕਰ ਲੋਗੇ ਨਾ ਰਿਪੇਅਰ ਬਣਾਉਣਾ ਨਹੀਂ ਹੈ ਨਵਾ ਨਵੇਂ ਦੀ ਨਹੀਂ ਲੋੜ ਕੋਈ ਆਮ ਬਦਾ ਜਾਂ ਕਿਸੇ ਦਾ ਕੋਈ ਥੜਾ ਆ ਉਹਨੂੰ ਰਿਪੇਅਰ ਕਰਕੇ ਦੋ ਬੋਰਗੀਆਂ ਸੀਮੈਂਟ ਲਾ ਕੇ ਚੀਫ ਮਿਨਿਸਟਰ ਨੂੰ ਬੁਲਾ ਦਿਓ ਵੀ ਇਹਦਾ ਦੁਬਾਰਾ ਆ ਕੇ ਫੀਤਾ ਕੱਟ ਜਾ ਫਟਦੇ ਨਹੀਂ ਆ ਜੂਗਾ ਬੜੀਆਂ-ਬੜੀਆਂ ਸੜਕਾਂ ਜਿਹੜੀਆਂ ਰਿਪੇਅਰ ਹੋ ਗਈਆਂ 40-40 50-50 ਸਾਲ ਦੀਆਂ ਪੁਰਾਣੀਆਂ ਸੜਕਾਂ ਰਿਪੇਅਰ ਹੋ ਗਈਆਂ ਰਿਪੇਅਰ ਤੋਂ ਬਾਅਦ ਫੇਰ ਮੁੜ ਕੇ ਆ ਜਾਂਦੇ ਆ ਫੀਤਾ ਲੈ ਕੇ ਕੱਟਣ ਜਾਣੀ ਫੀਤੇ ਦਾ ਕੱਟਣ ਦਾ ਸ਼ੌਕ ਤੇ ਮੀਡੀਆ 'ਚ ਆਪਣਾ ਰੋਜ਼ ਲੋਕਾਂ ਦੇ ਮਨਾਂ ਦੇ ਵਿੱਚ ਰੱਖੇ ਰਹਿਣਾ ਕਿ ਫੋਟੋ ਲਮਾਉਣੀ ਭਾਵੇਂ ਉਹ ਜੇ ਉਂਝ ਨਹੀਂ ਲੱਗਦੀ ਕੋਈ ਖਬਰ ਨਹੀਂ ਕਿਦਣ ਬਣੀ ਉਹਨਾਂ ਦੀ ਇਸ਼ਤਿਹਾਰ ਭੇਜੀ ਦਿਓ ਫਿਰ ਕੀ ਆ ਉਹ ਤੇ ਸਰਕਾਰੀ ਖਰਚਾ ਉਹ ਤੇ ਬਿਲਕੁਲ ਠੀਕ ਹੈ ਇਹ ਕੰਮ ਇਹੀ اسی ਪੋਲਿਟਿਕਸ ਇੱਥੇ ਤੱਕ ਆ ਕੇ ਸਾਡੀ ਸੀਮਤ ਹੋ ਗਈ ਹੈ ਕੰਮਾਂ ਦੇ ਆਧਾਰ ਤੇ ਲੋਕਾਂ ਕੋ ਜਾਣਾ ਕੰਮਾਂ ਦੇ ਆਧਾਰ ਤੇ ਵੋਟ ਮੰਗਣੀ ਉਹ ਕਾਫੀ ਪਿੱਛੇ ਰਹਿਂਦਾ ਜਾ ਰਿਹਾ ਹੈ ਪਰ ਕਲੇਮ ਇੰਜ ਕੀਤੇ ਜਾ ਰਿਹਾ ਕਿ ਜੇ ਅਸੀਂ ਕੰਮ ਨਹੀਂ ਕੀਤਾ ਤਾਂ ਸਾਨੂੰ ਵੋਟ ਨਾ ਪਾਇਓ ਸਾਨੂੰ ਪਤਾ ਕਿ ਇਹ ਹੁਣ ਅਜੇ 4 ਸਾਲ ਹੋਰ ਪਏ ਆ ਜੇ ਚੰਗਾ ਕੰਮ ਕਰਨਗੇ ਇਹ ਜਰੂਰ ਦੁਬਾਰਾ ਆਉਣੇ ਚਾਹੀਦੇ ਆ ਪਰ ਜੇ ਇਹੋ ਜਿਹੇ ਗੱਲਾਂ ਦੇ ਨਾਲ ਹੀ ਸਿਰ ਤੇ ਗੱਲਾਂ ਦਾ ਖੜਾ ਹੀ ਕਰਕੇ ਲੋਕਾਂ ਨੂੰ ਖਵਾਈ ਜਾਣਗੇ ਉਹਦਾ ਕੁਝ ਦੇਰ ਤੇ ਸਵਾਲ ਲੱਗੂਗਾ ਬਾਅਦ ਵਿੱਚ ਕਹਿਣਗੇ ਯਾਰ ਢਿੱਡ ਤੇ ਭਰਿਆ ਨਹੀਂ ਇਸ ਦਾ ਫਿਰ ਕੀ ਇਲਾਜ ਹੋਊਗਾ ਇਹ ਇਹ ਜਾਣਣ ਜੈਨਨਾ ਦੀ ਲੀਡਰ ਦਿੱਲੀ ਵਾਲੇ ਜਾਣਣ ਆਖਰੀ ਗੱਲ ਹੈ ਕਿ ਜਦੋਂ ਵਿਰੋਧੀ ਧਿਰਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਨਾ ਕਿ ਹੁਣ ਤੁਸੀਂ ਆਪਣੇ ਆਪ ਚ ਬਦਲਾਅ ਕਰੋ ਤੁਸੀਂ ਜੋ ਕੁਝ ਪਿਛੇ ਕੀਤਾ ਲੰਮਾ ਸਵਾ ਤੁਸੀਂ ਰਾਜ ਹੰਢਾਇਆ ਤੇ ਹੁਣ ਜੇ ਘਰ ਬੈਠੇ ਹੋ ਤਾਂ ਥੋੜਾ ਜਿਹਾ ਸਵੈ ਪਰਚੋਲ ਸੁਖਵੀਰ ਸਿੰਘ ਬਾਦਲ ਤਾਂ ਕਹਿੰਦੇ ਹੁਣ ਤਰਲਿਆਂ ਤੇ ਉਤਰ ਆਏ ਕਿ ਪ੍ਰਾਣਿਆਂ ਨੂੰ ਵਾਪਸ ਸੱਦਿਆ ਜਾ ਰਿਹਾ ਤੇ ਪ੍ਰਾਣੇ ਆਉਣ ਨੂੰ ਪਿਆਰ ਨਹੀਂ ਉਹ ਕਹਿੰਦੇ ਸਦਾਕ ਦੀ ਗੱਲ ਹੈ। ਵੇਖੋ ਇਹਦੇ ਚ ਨਾ ਕਈ ਜੀ ਕਿਸਮ ਦੇ ਮੈਨੂੰ ਅ ਚੇਂਜੇਸ ਤਬਦੀਲੀਆਂ ਆਇਆ ਅਪਰੋਚ ਨਾ ਵੈਸੇ ਤੇ ਲੋਕਾਂ ਨੇ ਵੀ ਦੱਸਿਆ ਹੋਊਗਾ ਪਰ ਕਈ ਵਾਰੀ ਬੰਦਾ ਹੁੰਦਾ ਉਹ ਕਹਿੰਦਾ ਤੁਸੀਂ ਵੱਡੇ ਸਿਆਣੇ ਪਰਾਂ ਬੈਠੋ। ਫਿਰ ਜਦੋਂ ਬਿਲਕੁਲ ਹੀ ਬੰਦਾ ਕਾਰਨਰ ਹੋ ਜਾਂਦਾ ਫਿਰ ਉਹ ਸੱਚੀ ਸੋਚਣਾ ਲੱਗਦਾ ਯਾਰ ਮੈਂ ਸੋਚਾਂ ਤੇ ਸਹੀ ਕਿਤੇ ਮੈਂ ਗਲਤ ਤਾਂ ਨਹੀਂ। ਮੈਂ ਤੇ ਆਪਣੇ ਆਪ ਨੂੰ ਬਹੁਤ ਸਮਝਦਾ ਸੀਗਾ। ਮੈਨੂੰ ਲੱਗਦਾ ਸੁਖਵੀਰ ਬਾਦਲ ਹੁਣੀ ਇਨਾਂ ਹਾਲਾਤਾਂ 'ਚ ਉਸ ਮੂਡ 'ਤੇ ਆ ਗਿਆ ਜਿੱਥੇ ਉਹਨਾਂ ਨੇ سنجیدہ ਢੰਗ ਨਾਲ ਆਪਾ ਪਰਚੋਲ ਕਰਨੀ ਤੇ ਦੂਜਿਆਂ ਨੂੰ ਕੰਨ ਲਾ ਕੇ ਸੁਣ ਕੇ ਉਸ ਨੂੰ ਥੋੜਾ ਵਜਨ ਦੇਣਾ ਉਹਨੂੰ ਚਿਤਕੇ ਸੋਚਣਾ ਤੇ ਚਿਤਣਾ ਗੱਲ ਨੂੰ ਕਹਿੰਦੇ ਜਿਹੜਾ ਉਹ ਸ਼ੁਰੂ ਕਰ ਦਿੱਤਾ ਇੱਕ ਤੇ ਪਿਤਾ ਜੀ ਦਾ ਛਤਰ ਛਾਇਆ ਉੱਠ ਜਾਣ ਦੇ ਨਾਲ ਬੜਿਆ ਜਿੰਮੇਵਾਰੀ ਵੀ ਹੁੰਦੀ ਹੈ ਤੁਸੀਂ ਹੋਰ ਇਕੱਲਾਪਾਨ ਪਹਿਲਾਂ ਤੇ ਹੁੰਦਾ ਨਾ ਕਿ ਮੇਰੇ ਕੋਲ ਚਲੋ ਹੈ ਆ ਵੱਡੀ ਤੋਪ ਹੈਗੀ ਆ ਕਦੇ ਵੇਲੇ ਵੀ ਚਲਾ ਦਾਂਗੇ ਫਾਇਰ ਕਰ ਦਾਂਗੇ ਉਹ ਹੁਣ ਨਾ ਹੁਣ ਕਰਕੇ ਇੱਕ ਤੇ ਉਹ ਥੋੜਾ ਜਿਹਾ ਲੱਗਦਾ ਕਿ ਮੈਨੂੰ ਆਪ ਹੀ ਆਪਣਾ ਸਾਰਾ ਕੁਝ ਕਰਨਾ ਪੈਣਾ ਦੂਜਾ ਦੋ ਵਾਰੀ ਇਹ ਵੱਡਾ ਮੂੰਹ ਦਾ ਹਾਰ ਖਾਣੀ ਪੈਣ ਤੋਂ ਬਾਅਦ ਵੀ ਇੱਕ ਚਟਕੇ ਲੱਗੇ ਆ ਤੀਜਾ ਜਿਹੜਾ ਧਰਾਤਲ ਦੇ ਉੱਤੇ ਇਹ ਬਹੁਤਾ ਜਿਹੜਾ ਰਿਸਪਾਂਸ ਜਿੱਡੇ ਵੱਡੇ ਪੱਧਰ ਤੇ ਹੁੰਦਾ ਉਹ ਨਹੀਂ ਜਦੋਂ ਦਿਖਿਆ ਪਾਰਟੀ ਦੇ ਪੱਧਰ ਤੇ ਵੀ ਤੇ ਉਲਟਾ ਵਿੱਚੋਂ ਕਈ ਬੰਦੇ ਨਿਕਲ ਕੇ ਚਲੇ ਗਏ ਹੈਨਾ ਅਟਵਾਲ ਹੁਣੀ ਚਰਨਜੀਤ ਕੀ ਚਰਨਜੀਤ ਸਿੰਘ ਅਟਵਾਲ ਜਿਹੜੇ ਪਹਿਲਾਂ ਇਹਨਾਂ ਦੇ ਸਪੀਕਰ ਸੀਗੇ ਉਹ ਚਲੇ ਗਏ ਫਿਰ ਆਪਣੇ ਦੋ ਪਿਓ ਪੋਤੇ ਢੀਂਡ ਸੇ ਚਲੇ ਗਏ ਉਹ ਉੱਥੇ ਵਾਲੇ ਅੰਮ੍ਰਿਤਸਰ ਵਾਲੇ ਤਿੰਨ ਬੰਦੇ ਚਲੇ ਗਏ ਅਭੀ ਬੀਜਗੀਰ ਕੌਰ ਇਹ ਤੇ ਹੁਣ ਆਪਣਾ ਨਵਾਂ ਹੋਰ ਹੀ 프ਰੰਟ ਬਣਾ ਕੇ ਕਹਿੰਦੇ ਸਾਰੇ ਹੀ ਆ ਜਾਓ ਮੇਰੇ ਪਿੱਛੇ ਹੀ ਆ ਜਾਓ ਹੁਣ ਇਹ ਜਿਹੜੀਆਂ ਚੀਜ਼ਾਂ ਐ ਏਡੇ ਵੱਡੇ ਬੰਦੇ ਨਿਕਲ ਜਾਣੇ ਕਈ ਫਿਰ ਮਨਜਿੰਦਰ ਸਰ ਸਾਹਿਬ ਦਿੱਲੀ ਉਹ ਪਰਮੂ ਕਰਕੇ ਚੰਗਾ ਭਲਾ ਨਾਲ ਹੁੰਦਾ ਸੀ ਇਹ ਗੱਲਾਂ ਵੀ ਸੋਚਣ ਲਈ ਮਜੂਰ ਮਜਬੂਰ ਕਰਦੀਆਂ ਵੀ ਯਾਰ ਬੰਦੇ ਤੇ ਆਪਾਂ ਘਟਦੇ ਹੀ ਜਾਂਦੇ ਆ ਤੇ ਨਵੇਂ ਬੰਦੇ ਕੋਈ ਓਡੇ ਵੱਡੇ ਪੱਦਰ ਤੇ ਆ ਨਹੀਂ ਰਹੇ ਤੇ ਬਣੂਗੀ ਇਹ ਸਾਰੇ ਹਾਲਾਤ ਦੇ ਵਿੱਚ ਚੰਗੀ ਗੱਲ ਐ ਕਿ ਜੇ ਉਹਨਾਂ ਨੂੰ ਅਹਿਸਾਸ ਹੋ ਰਿਹਾ ਗਲਤੀਆਂ ਦਾ ਕਮਜ਼ੋਰੀਆਂ ਦਾ ਅਹਿਸਾਸ ਹੋ ਰਿਹਾ ਇਹਦੇ ਨਾਲ ਉਹਨਾਂ 'ਚ ਇੱਕ ਕੀ ਕਹਿੰਦੇ ਹਿਊਮਿਲਟੀ ਜਿਹੜੀ ਹੈ ਉਹ ਵਧ ਰਹੀ ਹੈ ਜਿਹਨੂੰ ਨਿਮਰਤਾ ਕਹਿੰਦੇ ਆ ਮੈਨੂੰ ਸ਼ਬਦ ਨਹੀਂ ਸੀ ਆਉੜ ਰਿਹਾ ਤੇ ਉਹਨਾਂ ਦੇ ਵਿੱਚ ਥੋੜੀ ਨਿਮਰਤਾ ਥੱਲੇ ਚੁੱਕ ਕੇ ਗੱਲ ਕਰਨੀ ਇਹ ਜਿਹੜਾ ਆਕੜ ਕੇ ਬਹੁਤਾ ਚੱਲਣਾ ਨਾ ਇਹ ਠੀਕ ਨਹੀਂ ਹੁੰਦਾ ਲੋਕ ਬੜੇ ਸ਼ਕਤੀਵਾਨ ਹੁੰਦੇ ਆ ਇਹ ਅਸਾਥ ਲੱਗਦਾ ਹੈ ਕਿ ਸਖਬੀਰ ਬਾਦਲ ਉਹਨਾਂ ਨੂੰ ਹੋ ਗਿਆ ਇੱਕ ਪ੍ਰੋਫੈਸਰ ਮੇਰੇ ਧਿਆਨ 'ਚ ਇੱਥੇ ਬੜੀ ਖਾਸ ਗੱਲ ਆਈ ਕਿ ਜਦੋਂ ਇਹ ਹੁੰਦਾ ਨਾ ਕਿ ਤੁਸੀਂ ਵਾਪਸ ਆ ਜਾਓ ਮਤਲਬ ਉਹੀ ਟਕਸਾਲੀ ਦਾ ਨਾਮ ਦੇ ਕੇ ਤੁਸੀਂ ਵਾਪਸ ਆ ਜਾਓ ਉਹ ਆਉਣਗੇ ਫਿਰ ਉਹ ਆਪਣੇ ਪੁੱਤ ਭਤੀਜਾ ਭਰਾ ਪੁੱਤ ਉਹ ਸਾਰਾ ਕੁਝ ਉਵੇਂ ਹੀ ਚੱਲੂਗਾ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਕੀਤਾ ਨਵੇਂਆਂ ਨੂੰ ਮੌਕਾ ਦਿੱਤਾ ਕਿ ਨਵੀਂ ਲੀਡਰਸ਼ਿਪ ਨਹੀਂ ਤਿਆਰ ਕੀਤੀ ਜਾ ਸਕਦੀ ਠੀਕ ਹੈ ਪੁਰਾਣੇ ਚਲੇਗੇ ਚਲੇਗੇ ਆਪ ਜੋ ਵੀ ਤਾਂ ਚਲੇਗੇ ਬਹੁਤ ਪੁਰਾਣੇ ਸੁਪਾਲ ਕਹਿਰਾ ਓਰੀਜਾ ਓਰ ਨਾਲ ਦੇ ਉਹਨਾਂ ਦੇ ਉਹ ਚਲੇਗੇ ਜਿਹੜੇ ਉਹਨਾਂ ਦੇ ਨਾਲ ਜੁੜੇ ਉਹ ਛੱਡ ਕੇ ਚਲੇਗੇ ਕੀ ਉਹ ਨਵੀਂ ਲੀਡਰਸ਼ਿਪ ਨਹੀਂ ਪੈਦਾ ਕਰ ਸਕਦੇ ਪੰਜਾਬ ਦੇ ਦੇਖੋ ਇਹ ਦੋ ਮਾਡਲ ਆ ਇੱਕ ਪੁਰਾਣਾ ਰਵਾਇਤੀ ਮਾਡਲ ਆ ਪਾਰਟੀਆਂ ਦਾ ਇੱਕ ਇਹ ਨਵਾਂ ਮਾਡਲ ਆ ਕੇਜਰੀਵਾਲ ਦਾ ਕੇਜਰੀਵਾਲ ਨੇ ਤੇ ਪਾਰਟੀ ਕੋ ਬਣ ਨਹੀਂ ਦੇਣੀ ਉਹਦੇ ਲਈ ਇਹ ਸਾਰੇ ਮੱਖੀਆਂ ਮੱਛਰ ਆ ਜਿਹੜੇ ਆਪਣੇ ਆਪ ਨੂੰ ਐਮ ਐਲ ਏ ਮਨਿਸਟਰ ਸਮਝਦੇ ਆ ਜਿੱਦਣ ਮਰਜੀ ਆਉ ਮਸਲ ਕੇ ਪਰਾਂ ਮਾਰਨੀ ਇਹਨਾਂ ਇਹਨਾਂ ਨੂੰ ਇਹਨਾਂ ਨੂੰ ਉਹ ਸਮਝਦਾ ਨਾ ਕਿ ਮੇਰੀਆਂ ਮੱਛੀਆਂ ਘੜੇ ਦੀਆਂ ਜਿੱਦਣ ਮਰਜੀ ਚੱਕ ਕੇ ਘੜੇ ਤੋਂ ਬਾਹਰ ਮਾਰਾਂ 2 ਮਿੰਟ ਲੱਗਣਗੇ ਸਾਹ ਸੁੱਕ ਜਾਊਗਾ ਉਹ ਕਰਦਾ ਵੀ ਐ ਇਹ ਨਹੀਂ ਹੈ ਉਨੇ ਕੀਤੇ ਨਹੀਂ ਸਾਰੇ ਜਗਿੰਦਰ যাদਬ ਪ੍ਰਸ਼ਾਂਤ ਪੂਛਨ ਹੋਰ ਸਾਰੇ ਵੱਡੇ ਤੋਂ ਵੱਡੇ ਕਿੱਡੇ ਮਨਿਸਟਰ ਰਹੇ ਸੀ ਜਿਹੜੇ ਉਹ ਗਾਂਵੀਆਂ ਨੂੰ ਇੰਜੀ ਕਰਨਾ ਉਹ ਇਹਨਾਂ ਨੂੰ ਕੁਝ ਨਹੀਂ ਸਮਝਦਾ ਉਹ ਮਾਡਲ ਹੀ ਹੋ ਰਿਹਾ ਕਿ ਇੱਕ ਬੰਦੇ ਦੇ ਹੱਥ ਸਾਰੀ ਸ਼ਕਤੀ ਦੇ ਕੇ ਰੱਖਣਾ ਸੋਸ਼ਲ ਮੀਡੀਆ ਮੀਡੀਆ ਤੇ ਹੋਰ ਜਿਹੜਾ ਇੰਟਰਨੈਟ ਦੇ ਰਾਈ ਕੰਟਰੋਲ ਕਰਕੇ ਲੋਕਾਂ ਰਾਈ ਸਿੱਧੀ ਅਪਰੋਚ ਡਾਇਰੈਕਟ ਅਪਰੋਚ ਰੱਖਣੀ ਉਹ ਇੱਕ ਅਲੱਗ ਮਾਡਲ ਤੇ ਬੜਾ ਖਤਰਨਾਕ ਮਾਡਲ ਹੈ ਇੰਨੇ ਦਾ ਮਾਡਲ ਹੈ ਕਿ ਜੇ ਪੁਰਾਣੇ ਰੁੱਸੇ ਆਉਣਗੇ ਥੋੜਾ ਰੌਣਕ ਮੇਲਾ ਹੋਊ ਥੋੜਾ ਵਿਰੋਧੀ ਪਾਰਟੀਆਂ ਵੱਲ ਜਿਹੜੇ ਜਾ ਰਹੇ ਆ ਉਹ ਇਹ ਕਿੰਨੇ ਦੀ ਸ਼ਕਤੀ ਦਾ ਵਟਵਾਰਾ ਨਹੀਂ ਹੋਊਗਾ ਪਰ ਤਹਾ ਦੀ ਗੱਲ ਹੈ ਠੀਕ ਹੈ ਕਿ ਹੱਲ ਇਹ ਨਹੀਂ ਹੈਗਾ ਇਹ ਅਲਟੀਮੇਟ ਹੱਲ ਨਹੀਂ ਹੈਗਾ ਅਲਟੀਮੇਟ ਅਖੀਰ ਦੇ ਵਿੱਚ ਇਹਨਾਂ ਨੂੰ ਨਵਾਂ ਯੂਥ ਨਵੇਂ ਲੋਕ ਨਵੀਂ ਸੋਚ ਨਵੇਂ ਤੌਰ ਤਰੀਕੇ ਉਹ ਸਾਰਿਆਂ ਨਾਲ ਜੂਝਣਾ ਵੀ ਪਊਗਾ ਤੇ ਉਹਨਾਂ ਦੇ ਉਹਨਾਂ ਨੂੰ ਆਪਣੇ ਹੱਕ 'ਚ ਰਾਜਨੀਤਿਕ ਤੌਰ ਤੇ ਕਿਵੇਂ ਬਰਕਰਨਾ ਉਹਦੇ ਲਈ ਵੀ ਕੋਈ ਨਾ ਕੋਈ ਰਾਹ ਰਸਤਾ ਕੱਢਣਾ ਪਊਗਾ ਕੱਲਾ ਹਾਂ ਜੀ ਜਥੇਦਾਰ ਜੀ ਵੋਟ ਤੇ ਪੰਥ ਨਹੀਂ ਪਾਉਣੀ ਆ ਕੀ ਕਰੀਏ ਸਾਡੇ ਬਾਪੂ ਜੀ ਵੀ ਪਾਉਂਦੇ ਸੀ ਉਹ ਵਿਲੇ ਗਏ ਲੋਕ ਹੁਣ ਸੋਚਣ ਲੱਗ ਗਏ ਜੇ ਜੇ ਇੱਕ ਵਾਰੀ ਪਛਾਣ ਹਟ ਜਣ ਫਿਰ ਦੁਬਾਰਾ ਸਿਰ ਫੁੱਟ ਕੇ ਅੱਖਾਂ ਬੰਦ ਕਰਕੇ ਨਹੀਂ ਬਟਨ ਦਬਾਉਣਗੇ ਉਹ ਸੋਚਣ ਕੇ ਵੀ ਨਾਲ ਇਹ ਚੰਗੀ ਗੱਲ ਵੀ ਹੈ ਜਿਹੜੀ ਕਿ ਤਨ ਵੀ ਥੋੜਾ ਜਿਹਾ ਇਹ ਪੈਰਾਂ ਤੇ ਜਾਨੀ ਰੱਖਣਗੇ ਮਤਲਬ ਥੋੜ੍ਹਾ ਜਿਹਾ ਤੁਹਾਨੂੰ ਸਤਰਕ ਰੱਖਣਗੇ ਇਸ ਗੱਲ ਤੇ ਕਿ ਹਾਂ ਜੇ ਕੰਮ ਕਰਾਂਗੇ ਤੇ ਵੋਟ ਪੈਣੀ ਆ ਇਹ ਨਹੀਂ ਕਿ ਅੱਖਾਂ ਬੰਦ ਕੇ ਭਗਤ ਸਾਡੇ ਪਿੱਛੇ ਲੋਕ ਲੱਗੇ ਰਹਿਣਗੇ ਇਹਦੇ ਲਈ ਜ਼ਰੂਰੀ ਆ ਕਿ ਪਾਰਟੀ ਦੇ ਵਿੱਚ ਨਵਾਂ ਬਲੱਡ ਨਵੀਂ ਸੋਚ ਉਹ ਸਾਰਾ ਕੁਝ ਲਿਆਂਦਾ ਜਾਵੇ ਪਰ ਇਹ ਵੀ ਹੈ ਨਾ ਕਿ ਨਵੀਂ ਜਿਹੜੀ ਇਹ ਪਾਰਟੀ ਆਮ ਆਦਮੀ ਪਾਰਟੀ ਇਹਦੇ ਕਰਕੇ ਜਿਹੜੇ ਬਾਕੀ ਹੁਣ ਵਿਹਲੇ ਹੋਏ ਬੈਠੇ ਨੇ ਉਹਨਾਂ ਨੂੰ ਇਹ ਆਪਾ ਪਰਚੋਲ ਕਰਨ ਦਾ ਸਮਾਂ ਬਹੁਤ ਆ ਉਹਨਾਂ ਕੋਲੇ ਬੈਠ ਕੇ ਸੋਚ ਲੈਣ ਕਿ ਕਿਹੜੀਆਂ ਗਲਤੀਆਂ ਕੀਤੀਆਂ ਕਿ ਇਹਨਾਂ ਨੂੰ ਅੱਗੇ ਲਿਆਂਦਾ ਜਾ ਸਕਦਾ ਕਿਵੇਂ ਮਜ਼ਦੂਰਾਂ ਦੇ ਦਲਤਾਰਾਂ ਦੇ ਆਮ ਲੋਕਾਂ ਦੇ ਨਾਲ ਬਹਿ ਕੇ ਗੱਲਬਾਤ ਕਰਕੇ ਪਤਾ ਲੱਗ ਜਾਏਗਾ ਕਿ ਕਿੱਥੇ ਤੁਹਾਡੀਆਂ ਕਮੀਆਂ ਨੇ ਜਿੱਥੋਂ ਤੱਕ ਸੁਖਵੀਰ ਬਾਦਲ ਦੇ ਅਸਤੀਫੇ ਦੀ ਗੱਲ ਹੈ ਇਹ ਸਿਆਸੀ ਦੌਰ ਦੇ ਉੱਤੇ ਹਲੇ ਰੌਲ ਖਟੋਲਾ ਇਦਾਂ ਹੀ ਪਿਆ ਰਹਿਣਾ ਆ ਪਤਾ ਨਹੀਂ ਵਿਰੋਧੀ ਇਹਨਾਂ ਦੇ ਜਹਾਜ਼ ਇਹਨਾਂ ਦੀ ਪਾਰਟੀ ਚ ਨਿਕਲੇ ਇਹਨਾਂ ਦੀ ਮੰਨਦੇ ਕਿ ਨਹੀਂ ਮੰਨਦੇ ਪਰ ਅੱਗੇ ਜਾ ਕੇ ਜਿਵੇਂ ਜਤਦਰ ਸਿੰਘ ਲਗਾਤਾਰ ਕਹਿ ਰਹੇ ਨੇ ਕਿ ਮੋਤੀ ਮਾਲਾ ਪਰੋਰੋ ਭਾਈ ਇਕੱਠੇ ਹੋ ਜੋ ਮੋਤੀ ਇਕ ਥਾਂ ਤੇ ਆ ਜਾਓ ਉਹ ਗੱਲ ਬਣਦੀ ਨਜ਼ਰ ਤੇ ਬਾਕੀ ਨੂੰ ਵੀ ਜਿਹੜਾ ਸ਼ੱਕ ਲੱਗਦਾ ਸੋ ਸ਼ੁਕਰੀਆ ਪ੍ਰੋਫੈਸਰ ਜੀ ਸਭ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਰੂਕੇ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁਕ ਤੇ ਫੋਲੋ ਕਰੋ ਇੱਕ ਤੁਸੀਂ ਪਿਛਲੇ ਕੁਝ ਜਿਹੜਾ ਤੋਂ ਨੋਟ ਕਰ ਰਹੇ ਹੋਣੇ ਕਿ ਤਾਕਤ ਪੰਜਾਬ ਦੀ ਰੀਚ ਜਿਹੜੀ ਹੈ ਉਹ ਕਾਫੀ ਡਾਊਨ ਨਜ਼ਰ ਆਈ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਦਲ ਗਏ ਆ ਅਸੀਂ ਉੱਥੇ ਹੀ ਆ ਪਰ ਕਈ ਵਾਰੀ ਇਸ ਤਰ੍ਹਾਂ ਦਾ ਸ਼ੱਕ ਜਾਪਦਾ ਹੈ ਕਿ ਕੁਝ ਨਾ ਕੁਝ ਅਜੀਹਾ ਸੋਸ਼ਲ ਮੀਡੀਆ ਦੇ ਨਾਲ ਕੋਈ ਪਾੜਾ ਵਾਪਰਿਆ ਹੋਣਾ ਕਿ ਜਿਹੜਾ ਜੋ ਵੀ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕਰਦੇ ਨੇ ਕਿ ਉਹਦੇ ਪਿੱਛੇ ਨੀਅਤ ਕਿਹੜੀ ਹੈ ਤਾਂ ਉਹਨਾਂ ਦੇ ਉੱਤੇ ਹੋ ਸਕਦਾ ਹੈ ਕਿ ਕੁਝ ਕੁਝ ਉਸ ਢੰਗ ਦੇ ਨਾਲ ਮੀਡੀਆ ਦੇ ਜ਼ਰੀਏ ਜਾਂ ਕੋਈ ਅੰਦਰ ਖਾਤਰ ਕੋਈ ਕਾਰਵਾਈ ਕੀਤੀ ਜਾ ਰਹੀ ਹੋਵੇ ਇਹ ਤੋਂ ਨਾ ਨਹੀਂ ਕੀਤੀ ਜਾ ਸਕਦੀ ਅਗਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਇਹ ਸਾਰਾ ਕੁਝ ਸਪਸ਼ਟ ਹੋ ਜਾਏਗਾ ਅਸੀਂ ਉੱਥੇ ਹੀ ਆ ਉਸੇ ਢੰਗ ਦੇ ਨਾਲ ਕੰਮ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਸਾਨੂੰ ਸ਼ੁਰੂ ਤੋਂ ਸਾਡਾ ਸਾਥ ਦਿੱਤਾ ਹੈ ਧੰਨਵਾਦ